ਤਾਂ ਤਾਂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਲਟਾ ਅਸਰ ਗੁਰਬਾਣੀ ਦਾ ਫਰਮਾਨ ਨੱਚਣ ਕੁੱਦਣ ਮਨ ਕਾ ਚਾਓ ਇਹ ਖੇਡਾਂ ਮੈਂ ਬੈਲੈਂਸ ਕਰਾਉਣਾ ਉਹਦਾ ਮੈਨੂੰ 230 ਰੁਪਈਏ ਦਿੰਦੇ ਨੇ ਸਾਰੇ ਸਾਊਂਡ ਵਾਲੇ ਅਤੇ ਸੈਣੀ ਹੁਣ ਕਿਸੇ ਦੀ ਨਾ ਸੁਣ ਮੇਰੀ ਸੁਣਨੀ ਤਬਲਾ ਵਜਾ ਜੀ ਮਾੜਾ ਜੀ ਚਾਟੀ ਘਟਾ ਦੇ ਇਹ ਮਗਰਲਾ ਬੈਲੈਂਸ ਆ ਹੋਰ ਘਟਾ ਦੇ ਚਾਟੀ ਗਿੱਪੀ ਬਣਾ ਦੇ ਮਾੜੀ ਦੇ ਚਾਟੀ ਹੋਰ ਘਟਾ ਦੇ ਮੁੰਡਾ ਨਵਾਈਆ ਕਿਹੜਾ ਬੁੜਾ ਵਾ ਆ ਮਿੱਠੀ ਬਣਾ ਮਾੜੀ ਹੱਥ ਤੇਰਾ ਦੁਖਦਾ ਮਾੜੀ ਜੀ ਅੱਪ ਕਰ ਲੈ ਪਟਿਆਲਾ ਸ਼ਾਹੀ ਮਾਰ ਆਜੋ ਜੀ ਖਾਨ ਸਾਹਿਬ ਐਦਾਂ ਕੋਈ ਬਣਾ ਦਿਆ ਕਰ ਪਹਿਲਾਂ ਢਿੱਡ ਬੜਾ ਉਹਦਾ ਮਿੱਠਾ ਕਰਦੇ ਮਾੜਾ ਜਿਹਾ ਘਟਾਲਾ ਬੜਾ ਜਿਹਾ ਅੱਜ ਕੱਲ੍ਹ ਕੋਈ ਜ਼ੋਰ ਨਹੀਂ ਲਾਉਣਾ ਹੋਏ ਹਾਂ ਡੱਗਾ ਸਹੀ ਆ ਕਿਨਾਰ ਮਾੜੀ ਜੀ ਮਿੱਠੀ ਕਰਦੇ ਤੂੰ ਵਜਾਉਣਾ ਇੰਨਾ ਕੰਮ ਤਾਂ ਪਰਸੋਂ ਮੈਂ ਰੋਜ਼ ਹੀ ਕਰਦਾ ਕਰਨਾ ਇੰਨਾ ਵੀ ਨਹੀਂ ਗਰੀਬ ਬੰਦਾ ਯਾਰ ਕਰ ਦਿੰਦਾ ਮਾੜਾ ਜਿਹਾ ਬਜਾਓ ਬਹੁਤ ਚੁੱਪ ਜਾ ਲਿਆ ਘਟਾ ਬਣਾ ਜਾ ਵੱਧ ਗਿਆ ਇਹਦਾ ਮਾੜਾ ਮੋਟਾ ਹਿਸਾਬ ਕਿਤਾਬ ਜਿਹਾ ਕਰ ਲਾ ਹੈ ਬੰਦੇ ਦਾ ਨਵਾਂ ਨਵਾਂ ਵਿਆਹ ਹੋਇਆ ਕਿਤੇ ਘਰ ਵਾਲੀ ਕਹੇ ਮੇਰੀ ਗਿਟਾਰ ਹੀ ਨਹੀਂ ਸੁਣਦੀ ਇੰਨੀ ਵੀ ਨਾ ਵਧਾ ਵੀ ਹੁਣੇ ਲੋਹੜੀ ਦੇਣ ਲੱਗ ਜੂ ਸੋ ਤਾੜੀ ਮਾਰਦੇ ਸੁਣ ਦੇਣਾ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲੇ ਦਾ ਨਾਂ ਅਤੇ ਟਰੱਸਟ ਹੈ ਬਹੁਤ ਵਧੀਆ ਉਪਰਾਲਾ ਹੈ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹਾਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਮੈਮੋਰੀਅਲ ਕਲੱਬ ਦੋਨੇ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਨੇ ਔਰ ਸਾਡੇ ਸਾਬਾ ਸਰਦਾਰ ਮੇਜਰ ਸਿੰਘ ਜੀ ਨੰਬੜਦਾਰ ਸਾਹਿਬ ਭੁਪਿੰਦਰ ਸਿੰਘ ਜੀ ਔਰ ਸਾਡੇ ਭੁਪਿੰਦਰ ਸਿੰਘ ਜੀ ਖਰੌੜ ਮੇਜਰ ਸਿੰਘ ਜੀ ਮੇਜਰ ਸਿੰਘ ਕਈ ਨਾਂ ਨੇ ਕਿ ਮੈਂ ਝੂਠ ਨਾ ਬੋਲੀ ਜਾਂਦਾ ਮੇਹਰ ਸਿੰਘ ਮੈਂ ਵੀ ਤਾਂ ਹੀ ਕਿਹਾ ਵਾਂ ਪ੍ਰਗਟ ਸਿੰਘ ਜੀ ਕੇਵਲ ਸਿੰਘ ਜੀ ਅਜੀਤਪਾਲ ਸਿੰਘ ਜੀ ਔਰ ਸਾਡੇ ਪੰਚ ਸਾਹਿਬ ਸਾਬਾ ਸਰਦਾਰ ਭੋਲਾ ਸਿੰਘ ਜੀ ਪੰਚ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਸਰਦਾਰ ਮੇਜਰ ਸਿੰਘ ਜੀ ਔਰ ਪੰਚ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਕਿਰਪਾਲ ਸਿੰਘ ਜੀ ਪ੍ਰਧਾਨ ਸਾਹਿਬ ਔਰ ਕੋਆਪਰੇਟਿਵ ਸੁਸਾਇਟੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਥੋੜ੍ਹਾ ਜਿਹਾ ਬੜਾ ਲਿਖ ਲਿਆ ਕਰ ਕਿਉਂਕਿ ਮੇਰੀ ਤਾਂ ਉਮਰ ਨੇ ਹਿਸਾਬ ਨਾਲ ਨਿਗਾਹ ਘਟੀ ਹੋਈ ਹੈ ਤੇਰੀ ਵੀ ਮੈਨੂੰ ਲੱਗਦਾ ਪਹਿਲਾਂ ਘਟੀ ਹੋਈ ਹੈ ਹਨਾ ਸਾਬਾ ਸਰਦਾਰ ਮਨਜੀਤ ਸਿੰਘ ਜੀ ਸ਼ਾਦੀ ਸਿੰਘ ਜੀ ਸੇਵਾ ਸਿੰਘ ਜੀ ਦਲਜੀਤ ਸਿੰਘ ਜੀ ਗੁਰਚਰਨ ਸਿੰਘ ਜੀ ਔਰ ਕੁਲਦੀਪ ਸਿੰਘ ਜੀ ਔਰ ਸਾਡੇ NRI ਵੀਰ ਜਿਹੜੇ ਸੱਤ ਸਮੁੰਦਰ ਪਾਰ ਬੈਠੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਆਪਣੀ ਜਨਮ ਭੂਮੀ ਨੂੰ ਆਪਣੀ ਮਿੱਟੀ ਨੂੰ ਪਿਆਰ ਕਰਦੇ ਆ ਗੁਰਪ੍ਰੀਤ ਸਿੰਘ ਜੀ USA ਤੋਂ ਅਮਰਜੀਤ ਸਿੰਘ ਜੀ USA ਤੋਂ ਰਾਣਾ ਨੱਤ ਜੀ USA ਤੋਂ ਸਿਮਰਨਜੀਤ ਸਿੰਘ ਜੀ USA ਤੋਂ ਮਨਦੀਪ ਸਿੰਘ ਜੀ USA ਤੋਂ ਗੁਰਜੀਤ ਸਿੰਘ ਜੀ USA ਤੋਂ
ਔਰ ਦਿਲਬਾਗ ਸਿੰਘ ਜੀ ਕੈਨੇਡਾ ਤੋਂ ਔਰ ਸਾਡੇ ਵੀਰਾਂ ਲਈ ਜ਼ੋਰਦਾਰ ਤਾੜੀ ਮਾਰ ਦਿਓ। ਇੱਧਰ ਮੇਰਾ ਭਤੀਜਾ ਖੜਾ ਅੰਦਰ ਕਿੱਦਾਂ, ਤੇ ਇੱਧਰਲੇ ਪਾਸੇ ਸਾਡੇ ਸ਼ੂਗਰਮੈਨ ਦੇ ਡਾਇਰੈਕਟਰ ਸਾਹਿਬ ਮਨਦੀਪ ਭਾਜੀ, ਮਨਪ੍ਰੀਤ ਸੋਰੀ, ਲੱਗਦਾ ਤਾਂ ਮੰਮਾ ਇਹ, ਚਲ ਕੋਈ ਗੱਲ ਨਹੀਂ, ਮੈਂ ਵੀ ਜਾਣ ਕੇ ਕਿਹਾ ਸੀ। ਮਨਪ੍ਰੀਤ ਕਿੱਥੇ ਆ ਵੀਰ, ਕਿੱਦਾਂ? ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਜਿਹਨਾਂ ਨੇ ਬੈਚ ਲਾਏ ਹੋਏ ਨੇ, ਮਿਹਰਬਾਨੀ ਕਰਕੇ ਸਾਰਿਆਂ ਦੇ ਲਾ ਦਿਆ ਕਰ। ਔਰ ਜਿੰਨੀਆਂ ਮੇਰੀਆਂ ਭੈਣਾਂ ਮਾਤਾਵਾਂ ਆਈਆਂ ਉਹਨਾਂ ਦਾ ਵੀ ਧੰਨਵਾਦ, ਕਿਉਂਕਿ ਹੋਲੇ ਮਹੱਲੇ ਦਾ ਦਿਨ ਹੈ, ਉੱਥੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ। ਅਤੇ ਉਸ ਤੋਂ ਬਾਅਦ ਤੁਹਾਡਾ ਸਾਡਾ ਪਿਆਰ ਫੁੱਲਾ ਚੁੱਕਾਂ ਦੀ ਮਾਫੀ ਸਾਡੇ ਵੱਲੋਂ, ਸਾਡੇ ਪੰਜਾਬ ਲਾਈਵ, ਪੰਜਾਬੀ ਲਾਈਵ ਚੱਲਦਾ, ਲਾਈਵ ਚੱਲਦਾ, ਅਤੇ ਜਿਹੜੇ ਦੇਖ ਰਹੇ ਉਹਨਾਂ ਦਾ ਬਹੁਤ ਧੰਨਵਾਦ, ਕਿਉਂਕਿ ਆਪਣੇ ਸਮਾਂ ਕੱਢ ਰਹੇ ਨੇ। ਜਿੰਨੀਆਂ ਵੀ ਮੇਰੀਆਂ ਭੈਣਾਂ ਮਾਤਾਵਾਂ ਵੀਰ ਬਜ਼ੁਰਗ ਬੱਚੇ ਦੇਸ਼ਾਂ ਔਰ ਵਿਦੇਸ਼ਾਂ ਵਿੱਚ ਦੇਖ ਰਹੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਸਾਡੇ ਵੱਲੋਂ, ਸਾਊਂਡ ਵਾਲੇ ਸੈਣੀ ਸਾਊਂਡ ਵੱਲੋਂ ਔਰ ਪ੍ਰਬੰਧਕ ਕਮੇਟੀ ਵੱਲੋਂ, ਆਈ ਸੰਗਤ ਵੱਲੋਂ ਸਾਰਿਆਂ ਦਾ ਧੰਨਵਾਦ। ਸੁਲਾਹ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਇੱਕੋ ਇੱਕ ਬੇਨਤੀ ਹੈ ਕਿ ਮੈਂ ਸੁਰ ਨਾ ਜਾਣਾ, ਮੈਂ ਤਾਲ ਨਾ ਜਾਣਾ, ਮੈਨੂੰ ਗੁਣ ਬਖਸ਼ਿਆ ਰੱਬ ਦਾ, ਮੈਂ ਅਤੇ ਉਸਦੀ ਓੜ ਤਕਾਈ ਜੋ ਹੈ ਮਾਲਕ ਸਭ ਦਾ ਦਰਬਾਰੀ। ਪਹਿਲਾ ਸਵਾਲ ਅਨੀ ਇਧਰ ਆ ਜਾ, ਕਲਗੀਆਂ ਵਾਲੀ ਪਾਤਸ਼ਾਹ, ਬਾਜਾਂ ਵਾਲੀ ਸਰਕਾਰ, ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੈ, ਸਾਨੂੰ ਮਾਣ ਹੈ, ਅਸੀਂ ਉਸ ਪਵਿੱਤਰ ਧਰਤੀ ਨੂੰ ਅੱਜ ਖੁਸ਼ੀ 'ਚ ਮਾਣ ਰਹੇ ਹਾਂ। ਲਾਉਂਦੇ ਸਿੰਘ ਜੈਕਾਰੇ, ਬੋਲੇ ਸੋਨੇਹਾ, ਸਤਿ ਸ੍ਰੀ ਅਕਾਲ। ਹੱਕ ਤੁਹਾਡਾ ਵੀ ਨਾਲੇ ਬਣਦਾ ਸੀ। ਬੋਲੇ ਸੋਨੇਹਾਰ, ਸਤਿ ਸ੍ਰੀ ਅਕਾਲ। ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ, ਅੱਜ ਫਿਰ ਉਹ ਸਾਨੂੰ ਲਲਕਾਰਦੇ ਨੇ। ਬਾਜਾਂ ਵਾਲਿਆ ਬਾਜ ਨੂੰ ਭੇਜ ਛੇਤੀ, ਤੇ ਤਿੱਤਰ ਫੇਰ ਉਡਾਰੀਆਂ ਮਾਰਦੇ, ਤੇ ਤਿੱਤਰ ਫੇਰ ਉਡਾਰੀਆਂ ਮਾਰਦੇ। ਜਦੋਂ ਮੇਰੇ ਸਾਹਮਣੇ ਗੱਡੀ ਆਈ ਤਾਂ ਸਾਡੇ ਅਮਨ ਰੋਜੀ ਜੀ ਕਹਿੰਦੇ, ਆਤਮਾ ਜੀ ਅੱਜ ਹੋਲੇ ਮਹੱਲੇ ਦਾ ਸ਼ੁਭ ਦਿਹਾੜਾ ਅਤੇ ਗੀਤ ਤਾਂ ਉਹਨਾਂ ਦਾ ਹੋਣਾ ਚਾਹੀਦਾ। ਮੈਂ ਉੱਧਰ ਚਾਦਰਾ ਪਾਉਣ ਤਾਂ ਗਿਆ ਸੀ ਅਤੇ ਨਾਲ ਮੈਂ ਚਾਰ ਲਾਈਨਾਂ ਵੀ ਲਿਖ ਕੇ ਲੈ ਗਿਆ, ਮੈਨੂੰ ਉਮੀਦ ਹੈ ਵੀ ਸ਼ਾਇਦ ਤੁਹਾਨੂੰ ਵਧੀਆ ਲੱਗਣਗੀਆਂ, ਉਹੀ ਪੇਸ਼ ਕਰ ਲੱਗਣਾ। ਉਹ ਲਾਉਂਦੇ ਸਿੰਘ ਜੈਕਾਰੇ, ਕੱਜ ਵੱਜ ਕੇ ਹੋਲੇ ਮਹੱਲੇ ਸਿੰਘ ਗੁਰੂ ਦਾ ਜਾਂਦਾ ਸੱਜ ਕੇ, ਹੋਲੇ ਮਹੱਲੇ ਸਿੰਘ ਗੁਰੂ ਦਾ ਜਾਂਦਾ ਸੱਜ ਕੇ। ਇਤਿਹਾਸ ਗਵਾਹ ਹੈ, ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਹੈ ਕਿ ਜਿਹੜਾ ਮੇਰਾ ਸਿੰਘ ਹੈ ਉਹ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਜ਼ਰੂਰ ਹਾਜ਼ਰੀ ਭਰੂਗਾ। ਸੋ ਉਹਨਾਂ ਬਾਰੇ ਕੀ ਲਿਖਿਆ ਹੈ, ਫੁੱਲਾਂ ਦੇ ਸਿੰਘ ਜਿਕਾਰੇ ਕਈ ਸਾਰੇ ਕੱਜ ਵੱਜ ਕੇ, ਹੋਲੇ ਮਹੱਲੇ ਸਿੰਘ ਗੁਰੂ ਦਾ ਜਾਂਦਾ
ਸਜ ਕੇ ਹੋਲੇ ਮਹੱਲੇ ਸਿੰਘ ਗੁਰੂ ਦਾ ਚਾਂਦਾ ਸਜ ਕੇ ਸਿਰ ਸੋਹਣੀ ਦਸਤਾਰ ਦੇ ਉੱਤੇ ਕੰਡਾ ਚਮਕੇ ਹਜ਼ੂਰ ਗੁਰੂ ਦਾ ਸਿੰਘ ਦੇ ਮੁਖ ਉੱਤੇ ਦਮਕੇ ਉਹ ਕੀ ਕੋਈ ਕਰੂ ਮੁਕਾਬਲਾ ਕੋਈ ਕਰੂ ਮੁਕਾਬਲਾ ਸਾਰੇ ਹੁੰਦੇ ਵੱਧ ਕਰਕੇ ਹੋਲੇ ਮਹੱਲੇ ਸਿੰਘ ਗੁਰੂ ਦਾ ਚਾਂਦਾ ਸਜ ਕੇ ਹੋਲੇ ਮਹੱਲੇ ਸਿੰਘ ਗੁਰੂ ਦਾ ਚਾਂਦਾ ਸਜ ਕੇ ਸਿੰਘਾਂ ਦੀਆਂ ਫੌਜਾਂ ਦੀ ਪੂਰੀ ਸਰਦਾਰੀ ਉਹ ਵੇਖਣ ਵਾਲੀ ਹੁੰਦੀ ਫੌਜਾਂ ਦੀ ਘੋੜ ਸਵਾਰੀ ਨਹਿੰਗ ਸਿੰਘਾਂ ਦੀਆਂ ਫੌਜਾਂ ਦੀ ਪੂਰੀ ਸਰਦਾਰੀ ਵੇਖਣ ਵਾਲੀ ਹੁੰਦੀ ਹੁੰਦੀ ਜਦ ਘੋੜ ਸਵਾਰੀ ਕੌਤਕ ਵਿਖਾਉਂਦੇ ਗੱਤਕੇ ਦੇ ਸਾਰੇ ਪੱਗ ਚੜ੍ਹ ਕੇ ਹੋਲੇ ਮਹੱਲੇ ਸਿੰਘ ਗੁਰੂ ਦਾ ਜਾਂਦਾ ਸੱਜ ਕੇ ਹੋਲੇ ਮਹੱਲੇ ਸਿੰਘ ਗੁਰੂ ਦਾ ਜਾਂਦਾ ਸੱਜ ਕੇ ਬੀਬੀਆਂ ਸਿਰ ਤੇ ਬੰਨ ਕਮਲ ਆਵਣ ਅਨੰਦਪੁਰ ਸਾਹਿਬ ਦੇ ਮੇਲੇ ਦੀ ਸਭ ਖੁਸ਼ੀ ਮਨਾਵਣ ਉਹ ਸਿੰਘ ਬੀਬੀਆਂ ਸਿਰ ਤੇ ਬੰਨ ਕਮਲ ਆਵਣ ਅਨੰਦਪੁਰ ਸਾਹਿਬ ਦੇ ਮੇਲੇ ਦੀ ਸਭ ਖੁਸ਼ੀ ਮਨਾਵਣ ਬੁੱਢੇ ਵਾਲੀਆ ਕਰਕੀਆ ਬਸ ਚਰਨੀ ਲੱਗ ਕੇ ਹੋਲੇ ਮਹੱਲੇ ਸਿੰਘ ਗੁਰੂ ਦਾ ਜਾਂਦਾ ਸੱਜ ਕੇ ਹੋਲੇ ਮਹੱਲੇ ਸਿੰਘ ਗੁਰੂ ਦਾ ਜਾਂਦਾ ਸੱਜ ਕੇ ਹੋਲੇ ਮਹੱਲੇ ਸਿੰਘ ਗੁਰੂ ਦਾ ਜਾਂਦਾ ਸੱਜ ਕੇ ਬੋਲੇ ਸੋਨੇਹਾਰ ਬੋਲੇ ਫੋਨ ਲਾ ਲਿਆ ਕਰ ਲੈਂਦਾ ਮੈਂ ਪੁੱਛਦਾ ਸਮਝ ਆਉਂਦੀ ਆ ਇੱਧਰ ਆਉਂਦੀ ਆ ਸਮਝ ਬਹੁਤ ਧੰਨਵਾਦ ਮਾਰ ਦਿਓ ਫਿਰ ਸੌਣ ਦੇ ਨਾਂ ਤੇ ਤਣੀ ਲਿਆ ਬਈ 320 ਰੁਪਏ ਸਣੀ ਸੁਣੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਰੋਣ ਦੀ ਸ਼ੁਰੂਆਤ ਕਰਨ ਲੱਗੇ ਹਾਂ ਖਿਡਾਰੀ ਵੀਰਾਂ ਨੂੰ ਨਿੱਘੀ ਜੀ ਆਇਆਂ ਔਰ ਸਾਰਿਆਂ ਲਈ ਕਾਮਨਾ ਕਰਦੇ ਹਾਂ ਕਿ ਖੁਸ਼ੀ ਦੀ ਭਾਵਨਾ ਨੂੰ ਸਪੋਰਟਸਮੈਨਸ਼ਿਪ ਲੈ ਕੇ ਆਓ ਕਿਉਂਕਿ ਸਾਡਾ ਇਹ ਜਿਹੜਾ ਖੇਡਾਂ ਨੇ ਇਹ ਸਾਡੀ ਜਵਾਨੀ ਨੂੰ ਸੰਭਾਲਣ ਦਾ ਸਭ ਤੋਂ ਵਧੀਆ ਉਪਰਾਲਾ ਹੈ ਖਿਡਾਰੀ ਵੀਰਾਂ ਨੂੰ ਜਿੱਥੇ ਨਿੱਘੀ ਜੀ ਐਂ ਦਿੰਦੇ ਹਾਂ ਉੱਥੇ ਜਿਹੜੇ ਜਿੱਤ ਕੇ ਜਾਣਗੇ ਉਹਨਾਂ ਨੂੰ ਮੁਬਾਰਕਾਂ ਜਿਹੜੇ ਮਾੜੇ ਮੋਟੇ ਪਿੱਛੇ ਰਹਿਣ ਉਹਨਾਂ ਨੂੰ ਵੱਧ ਮੁਬਾਰਕਾਂ ਪਰਿਵਾਰ ਨੂੰ ਹੋਰ ਤਕੜੇ ਹੋ ਕੇ ਆਉਣ ਅਤੇ ਉਹਨਾਂ ਨੂੰ ਤਰੱਕੀਆਂ ਹਾਸਲ ਹੋਣ ਸੋ ਲਓ
मेले की गल है कबड्डी का वो महाकुंभ जिहड़ा कि सारे भैन भरावां दे एनआरआई वीरां दे सहयोग दे नाल होना है। कबड्डी दे गीत तो शुरू कर लगे गल्लां सुनण वालियां होंदियां ने कई गीत इहो जिहे होंदे जिहड़े जाके मोटर ते सुनने पैंदे ते कई गीत इहो जिहे होंदे ने जिहड़े गुआंढियां दी बारी बंद करके सुनने पैंदे ते कई गीत इहो जिहे होंदे जिहड़े नाल दे नूं मोढा मार के दसण वाले गीत आ गए। साडे गीत तुसीं सारयां ने सुणे आ सारे परिवारों के गीत और तुहाडे नाल इक इक वादा करदे आ भी जब तक गावांगे पंजाबी मां बोली पंजाबी सभ्याचार नूं मुख रख के गावांगे कोई अहिजा गीत नहीं होगा जिहदे नाल सानूं नीवीं पौणी पवे क्योंकि इस इलाके के साडे बहुत ही सत्कारयोग लाल कमल भाजी म्यूजिक डायरेक्टर भी ने उन्हां दा भी धन्नवाद है क्योंकि उन्होंने साडे कई कैसटां विच म्यूजिक दित्ता। सुलाओ त्योर ते भरजाई दा बड़ा पवित्र रिश्ता है वड्डी भाभी मां वर्गी हुंदी छोटे त्योर नूं बड़े चावां लाडां नाल पालदी है भागां वालियां भरजाइयां जिहड़ियां सवेरे उठ के आवाज मारदियां बे मखणा हां जी माड़ा मोटा खेत गेड़ा कढ़िया कढ़िया उहनां जी ते भागां वाले द्योर ने जिहड़े सवेरे उठ के भाभी दी हथों पट्टी पींदे साडे वाले पासे दा भाई बीमारियां बड़ियां कसूतियां चल गईयां कहिंदे इक होना चाहीदा वी मुंडा ते कुड़ी जम्मण नूं कोई तैयार ही है नहीं। असीं दोनों बैठे ते सलाह करदे सी वी आउण वाले 20 सालां पंजाब दे विच इक होर बहुत वड्डी समस्या आउण वाली केड़ी भाई सारे मुंडे जम्मण नूं तैयार ने ते मुंडा ब्याहुणा कित्थे आ पहलां ही जाके मुंडा यूपी बिहार जां बंबे कलकत्ते विच बुक कराउणा पिया करना नाले जाके कहा करेंगे शंकर जी अरे रामू जी जो आपके घर में सोनिया पैदा हुई है उनका बाबा मैं राजू के साथ करना बोले क्या लेंगे नालता दो किले जमीन लिखाया करेंगे कुड़ी देना ते नाले सवा क्वांटल चौल पहला कढ़ा के रखने पिया करने हाँ भी अज राजू के सौरा साहब ने आना जेड़ा कणक की रोटी खाता ही नहीं जे मंजूर है तो फिर मार दो ताड़ी गज के ओ जिन्हां दे विआह होए होए आ ताड़ियां ना मारो सानूं तां जवाकां दा फिक्र पिया होया अज गल्लां हासे दीआं लगदीआं ने साडीआं जथेबंदीआं बहुत जोर ला रहीआं ने भी सिख की गिणती घटदी जा रही है रब दे शरीक ना बणीए चाहे धी आ ते चाहे पुत है अपने कर्म आप लिखा के लिआउंदा जिन्हां पुत्तां नूं प्यार करदे उन्हां धीआं दा भी सत्कार करिए सो धीआं त्याणीआं दे नां ते जोरदार सुनाओ गीत अमला जिस तरह भाभी दे पिंड बाई दे सौरी टूरनामेंट आ जांदा कहिंदी खिच के तैयारी कित्थे चलिया द्योरा एडी कि गल बदलाई फिरे तोरा गल कोई जरूर दसदा नहीं जाए बड्डी का कहिंदा भाभी ए कनेडा कप खेडना कबड्डी दा पिंड दा नाम भाभी ए ओएंद कप खेडना कबड्डी दा किवें आ मूवी वाले प्यो दा पुत्त गर्मी ते नहीं लगदी पग पुग बन के आया कर एवं दुपट्टा जल भेट के ना आया है ना ये जवाक तेरा जा भाई दा कि वैसे तेरा शिगिरद पाया हूं पुत परे हो जा बंदे का कई बार पता रहता गिरते कद तुरे जाते भी गिर पाता कई बार हासे दी गल्लां ने मैं मुंडा बड़ा अलर्ट हो गया खेडा खेडना कम खिडारियां दा ते खेड़ खेती जांदी जे जान होवे ओ दुद्ध बूरियां मचांदा होवे चुंगिया ते झूठे जिन्नी छाती विच जान हो खरकां तां ही खातियां लगदियां ने ओ द्योर भोला ते बाबू शतान होवे असुख आत्मा मंगे जवानिया दी मेरे देश दी सदा उची शान हो मेरे देश दी सदा उची शान हो Hit the
ਕਬੱਡੀ ਕਬੱਡੀ ਮੇਰਾ ਭਾਪੀਏ ਭਾਪੀਏ ਕੈਨੇਡਾ ਕੱਪ ਖੇਡਣਾ ਕਬੱਡੀ ਦਾ ਭਾਪੀਏ ਕੈਨੇਡਾ ਕੱਪ ਖੇਡਣਾ ਕਬੱਡੀ ਦਾ ਉਹ ਜਿੱਤਰੂ ਬੜੀ ਮਖਾਣੀ ਫਸਣੇ ਵੱਡੇ ਵੱਡੇ ਉੱਥੇ ਆਉਣੇ ਨੇ ਕਬੱਡੀ ਕਿੰਗ ਜਿੱਤਰੂ ਬੜੀ ਮਖਾਣੀ ਫਸਣੇ ਰੇ ਸਿੰਘ ਵੱਡੇ ਵੱਡੇ ਉੱਥੇ ਆਉਣੇ ਨੇ ਕਬੱਡੀ ਕਿੰਗ ਪੱਟੀਆਂ ਰੋਟੀਆਂ
ਆਪੇ ਦਾਲ ਬਣਾਈ ਨੀ ਚੱਲ ਗਏ ਪਰੇਸ਼ਾਵੇ ਕਿਹੜੀਆਂ ਕੰਮਾਂ ਤੋਂ ਚੱਲ ਗਏ ਪਰੇਸ਼ਾਵੇ ਕਿਹੜੀਆਂ ਕੰਮਾਂ ਤੋਂ ਚੱਲ ਗਏ ਪਰੇਸ਼ਾਵੇ ਭੂਤ ਧਰੋਂ ਤੋਰੀਆ ਪਾਲੇ ਭੂਤ ਲਾਈ ਵੇ ਉਹਲੇ ਭੂਤ ਧਰੋਂ ਤੋਰੀਆ ਪਾਲੇ ਭੂਤ ਲਾਈ ਵੇ ਹਰ ਮਾਂ ਦੀ ਅਪਟਿਆ ਸਾਗ ਤੋੜ ਕੇ ਹਰ ਮਾਂ ਦੀ ਅਪਟਿਆ ਸਾਗ ਤੋੜ ਕੇ ਇਹ ਲੈਣਾ ਤਾਂ ਬੋਲੀਆਂ ਉਹਨਾਂ ਉਸਤਾਦ ਕਲਾਕਾਰਾਂ ਨੂੰ ਸਲਾਮ ਹੈ ਜਿਹਨਾਂ ਨੇ ਦਗਾਣਾ ਗਾਇਕੀ ਦੀਆਂ ਪੈੜਾਂ ਪਾਈਆਂ ਉਹਨਾਂ ਦੇ ਗੀਤਾਂ ਕਰਕੇ ਤੁਸੀਂ ਸਾਡੇ ਗੀਤ ਸੁਣ ਰਹੇ ਹੋ ਜਨਾਬ ਉਸਤਾਦ ਹਰਚਰਨ ਗਰੇਵਾਲ ਜੀ ਦਿਦਾਰ ਸੰਧੂ ਜੀ ਕਰਨੈਲਗਲ ਸਾਹਿਬ ਕਰਮਜੀਤ ਜੀ ਤੂਰੀ ਚਾਂਦੀ ਰਾਮ ਜੀ ਚਾਂਦੀ ਬਾਪੂ ਅਮਰ ਸਿੰਘ ਜਮਕੀਦਾ ਔਰ ਮਾਤਾ ਅਮਰਜੋਤ ਉਹਨਾਂ ਉਸਤਾਦ ਕਲਾਕਾਰਾਂ ਦੇ ਨਾਂ 'ਤੇ ਜ਼ੋਰਦਾਰ ਤਾੜੀ ਮਾਰ ਕਿਉਂਕਿ ਵੱਡਿਆਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ ਜੇਕਰ ਦਗਾਣਾ ਗਾਇਕੀ ਜਿਉਂਦੀ ਹੈ ਤਾਂ ਉਹਨਾਂ ਕਰਕੇ ਹੈ ਜਿਹਨਾਂ ਨੇ ਇੰਨਾ ਉੱਦਮ ਕੀਤਾ ਇੰਨਾ ਉਪਰਾਲਾ ਕੀਤਾ ਸੁਣੋ ਗੀਤ ਵੱਲ ਆਉਂਦੇ ਹਾਂ ਪਿੰਡ ਦਾ ਮੁੰਡਾ ਅਤੇ ਸ਼ਹਿਰ ਦੀ ਕੁੜੀ ਹੈ ਜਦੋਂ ਨਵਾਂ ਨਵਾਂ ਬੰਦਾ ਜਾ ਕੇ ਕਾਲਜ ਦਾਖਲਾ ਲੈਂਦਾ ਜਾ ਕੇ ਦੇਖਦਾ ਲਾਇਬ੍ਰੇਰੀ ਕਿੱਥੇ ਕੰਟੀਨ ਕਿੱਥੇ ਉਹ ਮੋੜ ਕਿੱਥੇ ਜਿੱਥੇ ਵੱਡਾ ਬਾਈ ਖੜਦਾ ਜਿਹੜਾ ਪਾਸ ਹੀ ਨਹੀਂ ਹੋਇਆ ਜਦੋਂ ਸ਼ਹਿਰ ਦੀ ਕੁੜੀ ਪਿੰਡ ਦੇ ਮੁੰਡੇ ਨੂੰ ਟਿੱਚਰ ਕਰਦੀ ਹੈ ਤਾਂ ਕੀ ਕਹਿੰਦੀ ਹੈ ਕਹਿੰਦੀ ਪਿੰਡ ਤੋਂ ਲਿਆ ਕੇ ਕਦੇ ਗੰਨੇ ਸੀ ਚ ਪਾਉਂਦਾ ਸਾਗ ਸਰੋਂ ਦਾ ਤੇ ਰੋਟੀ ਮੱਕੀ ਦੀ ਖਵਾਉਂਦਾ ਖੱਟੀ ਜੀਭ ਦੇ ਸਵਾਦ ਵਾਲੀ ਖਟਲੀ ਮੈਂ ਚੰਡੀਗੜ੍ਹ ਸ਼ਹਿਰ ਦੀ ਕੁੜੀ ਪੇਂਡੂ ਜੱਟ ਨੇ ਪਲਾ ਕੇ ਲੱਸੀ ਜਦੋਂ ਲੱਸੀ ਦਾ ਨਾਂ ਲਿਆ ਮੁੰਡਿਆਂ ਦੇ ਮੂੰਹ ਤੇ ਲਾਲੀ ਆ ਗਈ ਵੀ ਕੰਮੇ ਬੜਾ ਸੌਖਾ ਲੱਸੀ ਨਾਲ ਕੰਮ ਬਣ ਜਾਂਦਾ ਪੈਟਰੋਲ ਫੂਕਣ ਦੀ ਲੋੜ ਹੀ ਨਹੀਂ ਹੁਣ ਤੁਹਾਨੂੰ ਬਾਬੇ ਚਟਾਲ ਦੀ ਸਹੁੰ ਲੱਗੇ ਉਹਨੇ ਹੱਥ ਖੜੇ ਕਰਨਾ ਵੀ ਕਿੰਨੇ ਘਰਾਂ ਵਿੱਚ ਲੱਸੀ ਰੜਕ ਹੁੰਦੀ ਆ ਦੇਖ ਲਓ ਪ੍ਰਧਾਨ ਸਾਹਿਬ ਕਈ ਦਾ ਵਾਸੀ ਲੈਣ ਦੇ ਮਾਰੇ ਐਂ ਕਰਨ ਲੱਗ ਵੀ ਕੋਈ ਗੱਲ ਨੀ ਸ਼ਾਇਦ ਲੋਟ ਆ ਜੂ ਕੰਮ ਮੈਨੂੰ ਮੇਰੇ ਸਾਜੀ ਕਹਿੰਦੇ ਇੱਕ ਇੱਧਰ ਖੜਾ ਮੇਰਾ ਭਰਾ ਅਮਨ ਰੋਜੀ ਜੀ ਅੰਬੀ ਸਾਹਿਬ ਮੈਨੂੰ ਕਹਿੰਦੀ ਰੋਜ਼ ਰੌਲਾ ਪਾਉਣਾ ਕਦੇ ਘਰੇ ਵੀ ਲੱਸੀ ਰਿੜਕੀ ਆ ਕੱਲ ਮੈਂ ਪਲਾਉਣ ਲੱਗ ਗਿਆ ਮਹਾਂ ਯਾਰ ਵੀ ਐਂ ਕਰੋ ਵੀ ਪਈ ਤਾਂ ਹੈਗੀ ਪੀ ਲਓ ਜਿਹਨਾਂ ਦਾ ਮਾਲ ਖਾਧਾ ਨਾ ਨਾ ਬਾਈ ਲੱਸੀ ਨਹੀਂ ਪੀਣੀ ਨਸ਼ਾ ਡਾਊਨ ਹੋ ਜੂ ਮੈਂ ਕਿਹਾ ਇਹ ਕਿਹੜੇ ਪਾਸੇ ਦੀ ਗੱਲ ਆ ਇੱਕ ਸਾਡੇ ਰਾਜ ਹੋਰ ਫਸ ਗਿਆ ਬੰਦਾ ਥੱਲੇ ਹੀ ਫਿਰਦਾ ਜੇ ਮੋਬਾਈਲ ਲਈ ਮੈਂ ਕਿਹਾ ਯਾਰ ਤੂੰ ਵੀ ਗਿਲਾਸ ਪੀ ਲੱਸੀ ਲੈ ਭਾਅ ਜੀ ਹੁਣ ਤਾਂ ਮਹਿੰਗਾ ਬਹੁਤ ਆ ਮਾਲ ਮੇਰਾ ਤਾਂ ਨਸ਼ਾ ਡਾਊਨ ਹੋ ਜੂ ਇਹ ਨਸ਼ਿਆਂ ਨੁਸ਼ਿਆਂ 'ਚ ਕੁਛ ਨਹੀਂ ਰੱਖਿਆ ਹੋਇਆ ਐਵੇਂ ਬੰਦੇ ਨੂੰ ਵਹਿਮ ਆ ਵੀ ਨਸ਼ੇ ਦੇ ਨਾ ਨਸ਼ਾ ਤਾਂ ਆਪਣੇ ਸਰੀਰ ਦਾ ਬਹੁਤ ਹੁੰਦਾ ਇਸ ਕਰਕੇ ਨਸ਼ਿਆਂ ਨੂੰ ਛੱਡੋ ਗੱਲ ਕੀ ਵੀ ਜਿਹੜੇ ਘਰਾਂ 'ਚ ਲੱਸੀ ਨਹੀਂ ਰੜਕ ਹੁੰਦੀ ਉਹ ਹੱਥ ਖੜ ਕਰ ਰਿਹਾ ਦੋਨੇ ਪਾਸੇ ਹੈਰੀ ਕਹਿੰਦੇ ਨਾਲ ਲੱਸੀ ਅਸੀਂ ਬਣਾਉਣ 'ਚ ਅਤੇ ਨਾਲ ਪੀਣ 'ਚ ਹੁਣ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿਲੋ ਦੋ ਕਿਲੋ ਦੁੱਧ ਰਿੜਕ ਲਿਆ ਕਰੋ ਮਾੜੀ ਮੋਟੀ ਜੁਆਕਾਂ ਦੇ ਮੂੰਹ ਤੇ ਲਾਲੀ ਰਹਿ ਜੂ ਨਹੀਂ ਤਾਂ ਵਿਆਹਾਂ ਸ਼ਾਦੀਆਂ ਨੂੰ ਸਾਡੀਆਂ ਨੋਹਾਂ ਧੀਆਂ ਜਾਂਦੀਆਂ ਬਿਊਟੀ ਪਾਰਲਰ ਫੇਸ਼ੀਅਲ ਕਰਾਉਣ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਬਾਈਆਂ ਨੂੰ ਵੀ ਨਾਲੇ ਬੁੱਕ ਕਰਾਉਣਾ ਪਿਆ ਕਰਨਾ ਸੋ ਬਹੁਤ ਵੱਡਾ ਖਰਚਾ ਖਰਚਾ ਘਟਾਈਏ ਜੇ ਦੁੱਧ ਘਿਓ ਕਰਦਾ ਹੋਵੇ ਨਾ ਵੈਸੇ ਬੰਦਾ ਮੂੰਹ ਤੇ ਹੱਥ ਫੇਰ ਲਵੇ ਤਾਂ ਵੀ ਲਾਲੀ ਆ ਜਾਂਦੀ ਸੋ ਨਾ ਪਿੰਡ ਦਾ ਮੁੰਡਾ ਤੇ ਸ਼ਹਿਰ ਦੀ ਕੁੜੀ ਹੈ ਜਦੋਂ ਸ਼ਹਿਰ ਦੀ ਕੁੜੀ ਕੋਰਟ ਦੀ ਐਕਟਵਾ ਲੈ ਕੇ ਲੰਘਦੀ ਹੈ ਤਾਂ ਪਿੰਡ ਦਾ ਗੱਭਰੂ ਕੀ ਕਹਿੰਦਾ ਨੀ ਤੂੰ ਨਵੀਂ ਐਕਟਵਾ ਲਿਆਂਦੀ ਝਟਕੇ ਜੇ ਮਾਰਦੀ ਹੈ ਮਾੜੀ ਸਰਵਿਸ ਕਰਾਉਣ ਵਾਲੀ ਹੈ ਹਜੇ ਨੀ ਤੂੰ ਨਵੀਂ ਐਕਟਵਾ ਲਿਆਂਦੀ ਬਹੁਤੀ ਨਾ ਤੇਜ ਭਜਾਇਆ ਕਰ ਨੀ ਧੂੰਆਂ ਬਹੁਤਾ ਮਾਰੇ ਨੀ ਵਧੀਆ ਤੇਲ ਪਵਾਇਆ ਜਦੋਂ ਇੱਕੜ ਕੁੜੀ ਨੇ ਮੋਟੀਆਂ ਮੋਟੀਆਂ ਅੱਖਾਂ ਕੱਢੀਆਂ ਪਿੰਡ ਦੇ ਮੁੰਡੇ ਦਾ ਚਿੜੀ ਦੇ ਬੱਚੇ ਜਿੰਨਾ ਦਾ ਡਰ ਗਿਆ ਬੱਚਾ ਦੂਜੇ ਦਿਨ ਫਿਰ ਵੱਡੇ ਬਾਈ ਦਾ ਮੋਟਰਸਾਈਕਲ ਲੈ ਕੇ ਜਾ ਕੇ ਫਿਰ ਮੋੜ ਤੇ ਖੜ ਗਿਆ ਪਤਾ ਕੀ ਕਹਿੰਦਾ ਕਹਿੰਦਾ ਸਬਜ਼ੀ ਨਾਲੋਂ ਤਰੀ ਕਰਾਰੀ ਹੁੰਦੀ ਹੈ ਕਹਿੰਦਾ ਸਬਜ਼ੀ ਨਾਲੋਂ ਤਰੀ ਕਰਾਰੀ ਹੁੰਦੀ ਹੈ ਘਰ ਵਾਲੀ ਨਾਲੋਂ ਮਸ਼ੂਕ ਪਿਆਰੀ ਮਾਰ ਦੋ ਤਾੜੀ ਫਿਰ ਗੱਜ ਕੇ ਦੋ ਨੰਬਰ ਵਾਲੇ
ਇਹ ਕਿੱਥੇ ਜਰਾਸੀਮ ਖਤਮ ਹੁੰਦੇ ਨੇ। ਬੁੱਢਾ ਵੀ ਬੰਦਾ ਹੋ ਜਾਂਦਾ, ਐਨਕਾਂ ਵੀ ਲੱਗ ਜਾਂਦੀਆਂ, ਪਰ ਕਤੁੱਤਾਂ ਨਹੀਂ ਹਟਦੀਆਂ। ਭੈਣਾਂ ਵੀ ਹੱਸਦੀਆਂ ਵੀ ਚੰਗੀ, ਦੁਪਹਿਰੇ ਪ੍ਰੀਖਿਆ ਹੋਣ ਲੱਗੀ, ਤਾੜੀ ਕਿਹੜੇ ਕਿਹੜੇ ਮਾਰੀ, ਹੱਥ ਖੜੇ ਕਰਿਓ ਮਾੜੇ ਜੇ, ਨੋਟ ਕਰ ਲਈ ਨਾ ਬੰਦੇ ਦਾ ਨੋਟ ਪੈਸੇ ਦੇ ਕੀ। ਸੋ ਗੱਲ ਕੀ ਆ ਵੀ ਬੰਦੇ ਦਾ ਤਿਲਕ ਦਾ ਕੋਈ ਪਤਾ ਨਹੀਂ ਲੱਗਦਾ, ਜਿਵੇਂ ਮੱਕੀ ਦੀ ਰੋਟੀ ਤੋੜਦੇ ਚਾਰ ਗਿਰ ਵੇਖਣ ਬੰਦਾ ਗਿਰ ਜਾਂਦਾ, ਪਰ ਫਿਰ ਵੀ ਜਦੋਂ ਬੰਦਾ ਦੋ ਨੰਬਰ 'ਚ ਪੈਰ ਧਰਦਾ, ਇਹਨਾਂ ਦੀ ਇੱਕ ਦੋ ਨਿਸ਼ਾਨੀਆਂ ਪੱਕੀਆਂ ਨੇ। ਸਭ ਤੋਂ ਪਹਿਲੀ ਨਿਸ਼ਾਨੀ ਕਿਹੜੀ ਹੈ, ਜਦੋਂ ਬੰਦਾ ਦੋ ਨੰਬਰ 'ਚ ਪੈਰ ਧਰਦਾ, ਸਭ ਤੋਂ ਪਹਿਲਾਂ ਫੋਨ ਸਾਈਲੈਂਟ 'ਤੇ ਲਾਉਂਦਾ, ਦੇਖ ਕਿਵੇਂ ਹੱਸਦੇ ਜਿਹਨਾਂ ਦੇ ਲੱਗਿਆ ਹੋਇਆ। ਹੁਣ ਭੈਣਾਂ ਨੂੰ ਬੇਨਤੀ ਆ, ਘਰੇ ਜਾ ਕੇ ਕਲੇਸ਼ ਨਾ ਖੜਾ ਕਰ ਲਿਓ, ਕਈ ਵਾਰ ਫੋਨ ਦੀ ਬੈਲ ਵੀ ਖਰਾਬ ਹੋ ਸਕਦੀ ਹੈ। ਦੂਜੀ ਨਿਸ਼ਾਨੀ ਇਹ ਹੈ ਵੀ ਘਰ ਵਾਲੇ ਨੂੰ ਬੁਖਾਰ ਚੜ੍ਹਦਾ, ਵੀ ਟਾਈਫਾਇਡ ਹੋ ਜਾਵੇ, ਵੀ ਉਹਦਾ ਪੁੱਤ ਦਵਾਈ ਨਹੀਂ ਦਵਾਉਂਦਾ, ਰੋਜ਼ ਨਵੇਂ ਬਹਾਨੇ ਭਗਵਾਨੇ, ਅੱਜ ਤਾਂ ਮੈਨੂੰ ਪਤਾ ਲੱਗਿਆ ਡਾਕਟਰਾਂ ਦੀ ਹੜਤਾਲ ਆ, ਮੈਂ ਤੈਨੂੰ ਕੱਲ੍ਹ ਨੂੰ ਦਵਾਈ ਦਊਂ। ਦੂਜੇ ਦਿਨ ਐਤਵਾਰ ਆ ਜਾਂਦਾ, ਸੋਮਵਾਰ ਨੂੰ ਵਿਚਾਰੀ ਆਪੇ ਕੰਮ ਕਾਰ ਕਰਨ ਲੱਗ ਜਾਂਦੀ, ਉੱਧਰੋਂ ਕਿਤੇ ਦੋ ਨੰਬਰ ਦੀ ਮਸ਼ੂਕ ਦੀ ਮਿਸ ਕਾਲ ਆ ਜਾਵੇ, ਓਏ ਹੋਏ ਹੋਏ, ਫੋਨ ਮੇਜ 'ਤੇ ਪਿਆ ਗੁਰ ਗੁਰ ਕਹਿੰਦੇ, ਕਿਉਂਕਿ ਸਾਈਲੈਂਟ 'ਤੇ ਲੱਗਿਆ ਹੋਇਆ, ਸਕਰੀਨ ਉੱਤੇ ਮਸ਼ੂਕ ਦਾ ਨਾਮ ਪਤਾ ਕਿ ਫੀਡ ਕੀਤਾ ਹੋਇਆ, ਮਾਈ ਮਦਰ, ਵੀ ਘਰ ਦਾ ਬੰਦਾ ਕੋਈ ਸ਼ੱਕੇ ਨਾ ਕਰੇ ਵੀ ਕਿਹੜੀ ਬੇਬੇ ਦਾ ਫੋਨ ਆਇਆ, ਚਾਹ ਨਹੀਂ ਪੀਂਦਾ, ਰੋਟੀ ਨਹੀਂ ਖਾਂਦਾ, ਭਈਆ 'ਚ ਬੇੜਾ ਭਜਾ ਜਾ ਕੇ ਮੋਟਰ 'ਤੇ ਪਤਾ ਕੀ ਕਹਿੰਦਾ। ਸੁਣਿਓ, ਮੈਨੂੰ ਪਤਾ ਲੱਗਿਆ ਰਾਤ ਹੁਣ ਦੇ ਚਾਰ ਕਣੀਆਂ ਪੈ ਗਈਆਂ, ਤੁਹਾਨੂੰ ਜ਼ੁਕਾਮ ਜਿਹਾ ਹੋਇਆ ਲੱਗਦਾ, ਅੱਜ ਤੁਹਾਡਾ ਐਕਸਰਾ ਕਰਾਵਾਂ, ਪਿਓ ਦਾ ਪੁੱਤ ਮਸ਼ੂਕ ਦੀਆਂ ਨਾਸਾਂ ਦਾ ਐਕਸਰਾ ਕਰਾਉਣ ਨੂੰ ਤਿਆਰ ਆ, ਅਤੇ ਘਰ ਦੀ ਚਹਿ ਵਿਚਰ ਦੇ ਗਲੂਕੋਸ਼ ਲੱਗਿਆ ਹੋ ਗਿਆ। ਸੋ ਆਟੇ 'ਚ ਲੂਣ ਚੱਜ ਜਾਂਦਾ, ਲੂਣ ਚੱਟਾ ਨਹੀਂ ਚੱਲਦਾ, ਲਓ ਪੇਸ਼ ਕਰਨ ਲੱਗਿਆ ਪੇਂਡੂ ਚੱਟ ਨੇ ਪਲਾ ਕੇ ਲੱਸੀ ਪੱਟ ਲਈ ਚੰਡੀਗੜ੍ਹ। ਕੀਤਾ ਚੁੰਨੀਆਂ ਕੀ ਕਦੇ ਗੰਨੇ ਸੀ ਚ ਪਾਉਂਦਾ, ਸਾਗ ਸਰੋਂ ਦਾ ਤੇ ਰੋਟੀ ਮੱਕੀ ਦਿਖਵਾਉਂਦਾ, ਅੱਖਟ ਜੀਵ ਦੇ ਸੁਆਦ ਵਾਲੀ ਖਟਲੀ, ਮੈਂ ਚੰਡੀਗੜ੍ਹ ਸ਼ਹਿਰ ਦੀ ਕੁੜੀ, ਆਪੇ ਤੂੰ ਜੱਟ ਨੇ ਪੀਆ ਕੇ ਲੱਸੀ ਪੱਟਲੀ, ਮੈਂ ਚੰਡੀਗੜ੍ਹ ਸ਼ਹਿਰ ਦੀ ਕੁੜੀ। ਖੇਤਾਂ ਚੋਂ ਲਿਆ ਕੇ ਕਦੇ ਗੰਨੇ ਸੀ ਚੱਪਾਉਂਦਾ, ਖੇਤਾਂ ਚੋਂ ਲਿਆ ਕੇ ਕਦੇ ਗੰਨੇ ਸੀ ਚੱਪਾਉਂਦਾ, ਸਾਗ ਸਰੋਂ ਦਾ ਤੇ ਰੋਟੀ ਮੱਕੀ ਦੀ ਖਵਾਉਂਦਾ, ਖੇਤਾਂ ਚੋਂ ਲਿਆ ਕੇ ਕਦੇ ਗੰਨੇ ਸੀ ਚੱਪਾਉਂਦਾ, ਸਾਗ ਸਰੋਂ ਦਾ ਤੇ ਰੋਟੀ ਮੱਕੀ ਦੀ ਖਵਾਉਂਦਾ, ਜੀਪਦੀ ਸਵਾਦ ਵਾਲੀ ਕਟਲੀ, ਮੈਂ ਚੰਡੀਗੜ੍ਹ ਸ਼ਹਿਰ ਦੀ ਕੁੜੀ, ਪਿੰਡੂ ਜੱਟ ਨੇ ਪਿੰਡੂ ਜੱਟ ਨੇ ਪਿੰਡੂ ਜੱਟ ਨੇ ਪਿਆ ਕੇ ਲੱਸੀ ਪੱਟਲੀ, ਮੈਂ ਚੰਡੀਗੜ੍ਹ ਸ਼ਹਿਰ ਦੀ ਕੁੜੀ, ਜੱਟ ਨੇ ਪਿਆ ਕੇ ਲੱਸੀ ਪੱਟਲੀ, ਮੈਂ ਚੰਡੀਗੜ੍ਹ ਸ਼ਹਿਰ ਦੀ ਕੁੜੀ। ਅਸਲੀ ਚ ਜਾਂਦਾ ਹੁੰਦਾ ਅਸਲੀ ਸੋਹਾਂ, ਪਿੰਡਾਂ ਦੀਆਂ ਮੁੰਡਿਆਂ ਦੀ ਖੇਤਲਾ ਵੀ ਰਾਜ, ਜਾਣਾ ਹੁੰਦਾ ਅਸਲੀ ਸਵਾ, ਪਿੰਡਾਂ ਦੇ ਆਪਣੇ ਆਦੇ ਖੇਤਲਾ ਵਿਰਾਜ, ਖਾਂਦੇ ਵਰਗ ਪੀਜਣਾ ਹਿਡੋਸਾ, ਵਰਗ ਪੀਜਣਾ ਹਿਡੋਸਾ, ਕਦੇ ਰੰਗ ਚਾਲੋ ਮੁੱਕਦੀ ਨੀ ਯਾਰੀ ਜੱਟ ਦੀ, ਯਾਰੀ ਜੱਟ ਦੀ, ਜੱਟ ਦੀ ਤੂਤ ਦਾ ਕਦੇ ਰੰਗ ਚਾਲੋ ਮੁੱਕਦੀ, ਜੱਟ ਦੀ ਤੂਤ ਦਾ ਮੋਚਾ ਕਦੇ ਰੰਗ ਚਾਲੋ ਮੁੱਕਦੀ। ਜਿਹੜੀ ਅਸੀਂ
ਖੇਲੇ ਸੋਣੀਏ ਫਿਰ ਮਾੜੀ ਮੋਟੀ ਮੈਨੂੰ ਬਣਨਾ ਬੰਦਾ ਆਪਣਾ ਵਾ ਹੋਰ ਕੀ ਹਾਲ ਬੜੇ ਬਾਈ ਬਹੁਤ ਸਾਰਾ ਮਾਣ ਬਾਈ ਮੇਰਾ ਵੱਡਾ ਵੀਰ ਪਹਿਲਾਂ ਵੀ ਅਕਸਰ ਇਸ ਪਰਿਵਾਰ ਦੇ ਵੱਲ ਬਹੁਤ ਮਾਣ ਮਿਲਦਾ ਸ਼ੁਕਰੀਆ ਮਿਹਰਬਾਨੀ ਕਦੇ ਨਾ ਵਿਚਾਲੇ ਟੁੱਟਦੀ ਨੀ ਯਾਰੀ ਯਾਰੀ ਜੱਟਦੀ ਯਾਰੀ ਜੱਟਦੀ ਜੱਟਦੀ ਤੂਤ ਦਾ ਰੰਗ ਵਿਚਾਲੇ ਟੁੱਟਦੀ ਜੱਟਦੀ ਤੂਤ ਦਾ ਮੂਛਾ ਕਦੇ ਨਾ ਵਿਚਾਲੇ ਟੁੱਟਦੀ ਸਾਡਾ ਵੀਰ ਕੈਨੇਡਾ ਸਾਨੂੰ ਬਹੁਤ ਪਿਆਰ ਕਰਦੇ ਆ ਬਾਈ ਕੇਵਲ ਸਿੰਘ ਜੀ ਟਿੱਸਲ ਸਾਹਿਬ ਕੈਨੇਡਾ ਤੋਂ 500 ਰੁਪਏ ਸਪੈਸ਼ਲ ਮਾਣ ਉਹਨਾਂ ਦੇ ਨਾਂ 'ਤੇ ਜ਼ੋਰਦਾਰ ਤਾੜੀ ਮਾਰਦੇ ਹੋਏ ਉਹ ਤੇਰੇ ਨਾਲ ਸੋਹਣੀਆਂ ਨਿਭਾਉਣ ਜਾਣਦੇ ਹਾਈ ਨਿੰਦਰਜੇ ਦੇ ਵਾਂਗੂ ਵੀ ਭਜਾਉਣ ਜਾਣਦੇ ਨਾਲ ਸੋਹਣੀਏ ਨਿਭਾਉਣ ਜਾਣਦੇ ਮਿਰਜੇ ਦੇ ਵਾਂਗੂ ਵੀ ਭਜਾਉਣ ਜਾਣਦੇ ਮੁੰਡਾ ਆਤਮਾ ਵੀ ਰੂਹ ਦਾ ਪੋਤਾ ਆਤਮਾ ਵੀ ਰੂਹ ਦਾ ਪੋਤਾ ਕਦੇ ਰੰਬ ਜਾਲੇ ਟੁੱਟਦੀ ਨੀ ਯਾਰੀ ਜੱਟਦੀ ਯਾਰੀ ਜੱਟਦੀ ਯਾਰੀ ਜੱਟਦੀ ਤੂਤ ਦਾ ਰੰਬ ਜਾਲੇ ਟੁੱਟਦੀ ਜੱਟਦੀ ਤੂਤ ਦਾ ਮੁੰਚਾ ਕਦੇ ਰੰਬ ਜਾਲੇ ਟੁੱਟਦੀ ਪਿੰਡੂ ਜੱਟ ਨੇ ਪਿਆ ਕੇ ਲੱਸੀ ਵੱਟ ਲਈ ਮੈਂ ਰੰਬ ਜਾਲੇ ਟੁੱਟਦੀ ਪਿੰਡੂ ਜੱਟ ਨੇ ਪਿਆ ਕੇ ਲੱਸੀ ਵੱਟ ਲਈ ਚੋੜੀਆਂ ਚੰਗੇ ਵਿੱਚ ਹੋਣ ਥੋੜੀਆਂ ਉਹ ਗੀਤ ਜਿਹਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਕਹਿੰਦਾ ਜੋੜੀਆਂ ਜੰਗ ਵਿੱਚ ਹੋਣ ਥੋੜੀਆਂ ਕਹਿੰਦੇ ਸੱਚ ਸਿਆਣੇ ਰਿਸ਼ਤੇ ਵਿੱਚ ਵਿਚੋਲਾ ਪਾਇਆ ਲਾ ਦਿੰਦਾ ਗੱਲ ਟਿਕਾਣੇ ਪਰ ਬਹੁਤੀ ਦੇਰ ਛਪਾ ਨਹੀਂ ਹੁੰਦਾ ਸਾਕਾਂ ਦੇ ਵਿੱਚ ਓਲਿਆਂ ਨੂੰ ਉਹ ਕਹਿੰਦਾ ਵਿਆਹ ਕਰਵਾ ਕੇ ਮਗਰੋਂ ਫਿਰ ਪੁੱਛਦਾ ਕੌਣ ਵਿਚੋਲੇ ਦੋ ਕਿਸਮ ਦੇ ਆ ਇੱਕ ਤਾਂ 24 ਕੈਰਟ ਦੇ ਸੋਹਣੇ ਆ ਇੱਕ ਵਿਚੋਲੇ ਹੁੰਦੇ ਆ ਵਿੱਚ ਓਲਾ ਜਿਹਨਾਂ ਨੂੰ ਕਹਿੰਦੇ ਆ 2 ਨੰਬਰ ਦੇ ਵਿਚੋਲੇ ਉਹਨਾਂ ਦਾ ਹਾਲ ਬੜਾ ਭੈੜਾ ਹੁੰਦਾ ਜਿਸ ਦਿਨ ਬਰਾਤ ਚੜ੍ਹਦੀ ਹੈ ਲਿਮੋਜਨ ਵਿੱਚ ਬਹਿ ਕੇ ਜਦੋਂ ਬਰਾਤ ਪੈਲਸ ਪਹੁੰਚ ਜਾਂਦੀ ਆ ਜਦੋਂ ਸਾਡੀਆਂ ਕੁੜੀਆਂ ਚਿੜੀਆਂ ਰੀਬਨ ਕਟਾਉਂਦੀਆਂ ਇੰਨੀ ਦੇਰ ਨੂੰ ਇੱਕ ਦੋ ਗਲਾਸ ਜੂਸ ਦੇ ਪੀ ਕੇ ਨਾਲੇ ਜਵਾਕਾਂ ਨੂੰ ਪੁੱਛਣ ਲੱਗ ਜਾਂਦਾ ਪੁੱਤ ਇੱਥੇ ਮਿੰਨੀ ਬੱਸ ਕਿੰਨੇ ਵਜੇ ਆਉਂਦੀ ਹੈ ਉਹ ਕਹਿੰਦੇ ਬਾਪੂ ਬਹਿ ਕੇ ਲਿਮੋਜਨ ਵਿੱਚ ਆਇਆ ਸੀ ਪੁੱਛਦਾ ਫਿਰਦਾ ਮਿੰਨੀ ਬੱਸ ਕਹਿੰਦਾ ਪੁੱਤ ਕੰਮੇ ਇਹੋ ਜਿਹੇ ਕੀਤੇ ਸੋ ਜ਼ਿੰਦਗੀ 'ਚ ਇੱਕ ਵਾਰ ਵਿਚੋਲਾ ਜ਼ਰੂਰ ਬਣਨਾ ਚਾਹੀਦਾ ਪਰ ਚਾਹੀਦਾ 24 ਕੈਰਟ ਦੇ ਸੋਹਣਿਆ ਇੱਕ ਗੱਲ ਪੱਕੀ ਹੈ ਵੀ ਪੰਜਾਬੀ ਬੰਦਾ ਕਦੇ ਝੂਠ ਨਹੀਂ ਬੋਲਦਾ ਹੁਣ ਸੱਚੀ ਇਮਾਨਦਾਰੀ ਦੀ ਗੱਲ ਇਹ ਹੈ ਵੀ ਜਿਹੜੇ ਮੇਰੇ ਵੀਰਾਂ ਦੇ ਵਿਆਹ ਹੋਏ ਹੋਏ ਨੇ ਜਿਹੜੇ ਆਪਣੇ ਵਿਚੋਲੇ ਤੋਂ ਖੁਸ਼ ਆ ਤਾੜੀ ਮਾਰਿਓ ਮਾੜੀ ਜੀ ਰੱਖ ਲਓ ਭੈਣੋ ਕਰਵਾ ਚੌਥ ਦੇ ਵਰਤ ਇਹਨਾਂ ਦੀ ਖਾਤਰ 16-16 ਘੰਟੇ ਭੁੱਖੀਆਂ ਪਿਆਸੀਆਂ ਚੰਦਰਮਾ ਹੁਣ ਚੜ੍ਹਿਆ ਚੰਦਰਮਾ ਹੁਣ ਚੜ੍ਹਿਆ ਆ ਪਿਓ ਦੇ ਪੁੱਤ ਪਤਾ ਨਹੀਂ ਕਿੱਥੇ ਚੰਦਰਮਾ ਚੜ੍ਹਾਈ ਬੈਠੀ ਹੁਣ ਤਾੜੀ ਮਾਰੋ ਚਾਹੇ ਨਾ ਮਾਰੋ ਤੁਹਾਡਾ ਦੂਜਾ ਨਹੀਂ ਹੋਣਾ
ਇਹ ਤਾਂ ਗਲ ਪਿਆ ਢੋਲ ਹੁਣ ਇਕਣੇ ਵਜਾਉਣਾ ਪੈਣਾ। ਉਹ ਮਗਰ ਬਾਪੂ ਬੈਠਾ ਮੈਨੂੰ ਲੱਗਦਾ ਅੱਸੀ ਤੋਂ ਟੱਪਿਆ ਹੋਇਆ, ਤਾੜੀ ਉਹਨੇ ਵੀ ਨਹੀਂ ਮਾਰੀ, ਸ਼ਾਇਦ ਉਹ ਵੀ ਕਿਸੇ ਝਾਕ ਦੇ ਵਿੱਚ ਬੈਠਾ ਵੀ ਸ਼ਾਇਦ ਕਿਤੇ ਦਰਖਤ ਤੋਂ ਟੁੱਟ ਕੇ ਸ਼ਾਇਦ ਕੋਈ ਬੰਦਾ ਗਿਰੇ ਜਾਵੇ, ਆਪਾਂ ਚੱਕ ਲਾਂਗੇ ਬਾਅਦ ਚ। ਨਿੰਦਰ ਕਿੱਦਾਂ ਆਉਂਦੀਆਂ ਸਮਝ? ਹਾਂ, ਇਹਦਾ ਮੈਂ ਨਾਂ ਛੋਟਾ ਜਾਣਦਾ, ਮੈਂ ਕਿਹਾ ਨਾਂ ਨਾਂ ਨਵਾਂ ਰੁੜਦੂ ਦੇ ਬੇਟੇ ਦਾ ਕਹਿ ਦਵਾਂ ਉਹੀ ਨਾ ਰਹਿਣ ਦੇ। ਉਹ ਜੋੜੀਆਂ ਜੱਗ ਵਿੱਚ ਹੋਣ ਥੋੜੀਆਂ, ਸਾਡੇ ਡਾਇਰੈਕਟਰ ਸਾਹਿਬ ਦਾ ਬੰਦੇ ਵੀ ਕਿੱਦਾਂ ਬਹੁਤ ਮਿਹਰਬਾਨੀ। ਇਹ ਗੱਲ ਪੱਕੀ ਆ ਕਿ ਇਹ ਸਾਡੀਆਂ ਬਾਹਾਂ ਸੱਜੀਆਂ ਖੱਬੀਆਂ। ਮੈਨੂੰ ਭਾਅ ਜੀ ਨੇ ਫੋਨ ਕੀਤਾ, ਮੈਂ ਕਿਹਾ ਬਈ ਗੱਲੇ ਨਹੀਂ ਕੋਈ ਹੈਗੀ, ਪਰ ਨਿੰਦਰ ਮੇਰਾ ਵੈਸੇ ਹੀ ਭਤੀਜਾ ਮੇਰਾ, 500-500 ਰੁਪਇਆ ਸਾਰਿਆਂ ਵੱਲੋਂ ਮਾਣ ਆਇਆ ਬਈ, ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਨਗਰ ਦਾ ਇਲਾਕੇ ਦਾ ਧੰਨਵਾਦ। ਰਿਸ਼ਤੇ ਵਿੱਚ ਵਿਚੋਲਾ ਪੁੱਛਦਾ ਕੌਣ ਵਿਚੋਲਿਆਂ ਪੁੱਛਦਾ ਕੌਣ ਵਿਚੋਲਿਆਂ ਨੂੰ ਚਮਚਿਆਂ ਨਾਲ ਸ਼ਰਾਬਾਂ ਫੋੜੇ ਵਾਲੀ ਗੱਲੇ ਕੋਈ ਨੀ, ਫੋੜੇ ਨਾਲ ਵੀ ਲਾ ਕੇ ਛੱਡਾਂਗੇ ਗੱਲ ਕਿਹੜੀ ਆ। ਉਹ ਰੰਗ ਦਿਲਾਂ ਦਾ ਨਹੀਂ ਬਦਲਣਾ ਨਾਲ ਕਰੀਮਾਂ ਦੇ ਨਾਲ ਹੱਡਾਂ ਦੇ ਨਸ਼ੇ ਜਾਂਦੇ ਤੇ ਚਰਸ ਪੀਮਾਂ ਦਾ ਨਹੀਂ ਬਦਲਣਾ ਨਾਲ ਕਰੀਮਾਂ ਦੇ ਨਾਲ ਹੱਡਾਂ ਦੇ ਨਸ਼ੇ ਜਾਂਦੇ ਤੇ ਚਰਤ ਪੀਮਾਂ ਦੇ ਉਹ ਅਵਤਾਰ ਲੱਗਣਾ ਹੁੰਦਾ ਮਾੜਾ ਭਾਈ ਨੀ ਵਿਕ ਜਾ ਪਾਂਡਾ ਟਿੰਡਾ ਸਾਰਾ ਭਾਈ ਨੀ ਵਿਕ ਜਾ ਪਾਂਡਾ ਟਿੰਡਾ ਸਾਰਾ ਫੇਰ ਖਾਣ ਨੂੰ ਘਰੋਂ ਨੀ ਲੱਭਦਾ ਚੋਗ ਕਬੂਤਰ ਗੋਲਿਆਂ ਨੂੰ
ਪੁੱਛਦਾ ਕੌਣ ਵਿਚੋਲਿਆਂ ਹਾਂਜੀ ਪੁੱਛਦਾ ਕੌਣ ਵਿਚੋਲਿਆਂ ਨੂੰ ਚੜੇ ਪਤੰਗਾਂ ਦਾ ਉਹ ਕੋਈ ਭੇਦ ਨਹੀਂ ਆਉਂਦਾ ਉਸ ਮਾਲਕ ਦੇ ਰੰਗਾਂ ਦਾ ਕੀ ਭਰੋਸਾ ਆਤਮਿਆਂ ਇਹ ਚੜੇ ਪਤੰਗਾਂ ਦਾ ਕੋਈ ਭੇਦ ਨਹੀਂ ਆਉਂਦਾ ਉਸ ਮਾਲਕ ਦੇ ਰੰਗਾਂ ਦਾ ਕੀ ਭਰੋਸਾ ਆਤਮਿਆਂ ਉਸ ਚੜੇ ਪਤੰਗਾਂ ਦਾ ਉਹ ਲੋਕ ਤੇ ਗਾਣ ਜਾਂਦੇ ਗਾਈ ਚਿੱਪੀ ਕਰਕੇ ਰੱਖ ਦਿੱਤੀ ਚਿੱਪੀ ਕਰਕੇ ਰੱਖ ਦਿੱਤੀ ਸੋਰੀ ਦੀ ਲਾਲ ਮਰੂਤੀ ਨੇ ਸੋਰੀ ਦੀ ਲਾਲ ਮਰੂਤੀ ਨੇ ਕਈਆਂ ਦਾ ਗੋਰੇ ਪਿੰਡੇ ਨੂੰ ਹੱਥ ਲਾ ਕੇ ਲੈ ਗਿਆ ਪਾਲਾ ਜੀ ਕਈਆਂ ਦਾ ਗੋਰੇ ਪਿੰਡੇ ਨੂੰ ਹੱਥ ਲਾ ਕੇ ਲੈ ਗਿਆ ਪਾਲਾ ਜੀ ਇੱਕ ਸੜਕ ਤੇ ਸੋਹਣੀ ਜਿਹੀ ਇੱਕ ਸੜਕ ਤੇ ਸੋਹਣੀ ਜਿਹੀ ਚਮਕੀਲਾ ਟੇਪ ਵਿੱਚ ਲਾਦਾ ਸੋਰੀ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਦਾ ਸੋਰੀ ਦੀ ਲਾਲ ਮਰੂਤੀ ਨੇ ਅੱਜ ਚੱਕਾ ਕਰਾਦਾ ਸੋਰੀ ਦੀ ਲਾਲ ਮਰੂਤੀ ਨੇ ਉਹ ਲੋਕ ਤੇ ਗਾਣੇ ਜਾਂਦੇ ਗਾਈ ਮੇਰਾ ਛੋਟਾ ਵੀਰ ਵੀ ਪਰਮਾਤਮਾ ਚੜ੍ਹ ਕੇ ਕਰੇ ਰੱਖੇ ਰਾਣਾ ਯੂਐਸਏ ਪਰਮਾਤਮਾ ਨੇ ਚਾਹਿਆ ਫਿਰ 15 ਅਪ੍ਰੈਲ ਤੋਂ ਬਾਅਦ ਆਉਂਦੇ ਆ ਇਕੱਠੇ ਹੋ ਕੇ ਸਾਰੇ ਚੜਗੀ ਨੀ ਬੂਹੇ ਨੂੰ ਜਿੰਦਰਾ ਚੜਗੀ ਨੀ ਮੈਂ ਬਹੁਤ
ਬਹੁਤਾ ਦੁੱਖ ਮਨਾਇਆ ਸੀ ਮੈਂ ਬਹੁਤੀ ਖੁਸ਼ੀ ਮਨਾਈ ਸੀ ਕਰਨਾਸ ਜਲੇਬੀ ਜੂੜੇ ਦਾ ਬੰਦ ਪਿਆ ਦਰਵਾਜ਼ਾ ਪੜ ਗਈ ਬੱਲੇ ਬੱਲੇ ਉਹ ਬੰਦ ਪਿਆ ਦਰਵਾਜ਼ਾ ਕਿਉਂ ਕੋਟਿਕ ਕੋਟਿਕ ਪੂਰੇ ਦਾ ਉਹ ਬੰਦ ਪਿਆ ਦਰਵਾਜ਼ਾ ਕਿਉਂ ਕੋਟਿਕ ਕੋਟਿਕ ਪੂਰੇ ਦਾ ਇੱਕ ਹੱਥ 'ਚ ਫੜਨਾ ਚੰਗਾ ਹੁੰਦਾ ਇਹ ਤੁਹਾਡਾ ਪਿਆਰ ਆ ਵੀ ਮੈਂ ਕਿਹਾ ਗੱਲੇ ਕੋਈ ਨੀ ਚਿੱਕਣ ਕਹੇ ਉਹ ਸੁਣ ਲਿਆ ਕਰੋ ਮਾੜਾ ਮੋਟਾ ਕੀ ਜਿੱਪਾਂ ਨੂੰ ਪਿਆ ਹੋਇਆ ਉੱਧਰ ਸੁਣ ਲਾ ਸਾਰੇ ਕਮਰੇ ਨੂੰ ਆਪੇ ਕਰਨੇ ਪੈਣਗੇ ਰਾਣਾ ਭਾਜੀ USA ਵਾਲੇ ਵੀ ਬਹੁਤ ਸਾਰਾ ਮਾਣ ਕਰਕੇ ਗਏ ਨੇ ਕੇਵਲ ਭਾਜੀ ਬਹੁਤ ਸਾਰਾ ਮਾਣ ਭੋਲਾ ਭਾਜੀ 500 ਰੁਪਏ ਸਪੈਸ਼ਲ ਮਾਣ ਅਤੇ ਨਾਲੇ ਫਰਮਾਇਸ਼ ਕਰ ਗਿਆ ਕੇਵਲ ਭਾਜੀ ਵੱਲੋਂ ਹੋਰ ਸਾਰਾ ਮਾਣ ਆਇਆ ਸ਼ੁਕਰੀਆ ਮਿਹਰਬਾਨੀ 200 ਰੁਪਏ ਸਪੈਸ਼ਲ ਮਾਣ ਟੇਸਰ ਸਾਹਿਬ ਵੱਲੋਂ ਔਰ ਫਰਮਾਇਸ਼ ਕਰਕੇ ਵੀ ਸਾਡਾ ਬਾਪੂ ਮਿਰਜੇ ਵਾਂਗ ਬੀਬੀ ਨੂੰ ਕਰਦੇ ਬਾਅਦ ਚੋ ਵੀ ਇਹਦੀ ਕਹਾਣੀ ਇਸ ਤਰ੍ਹਾਂ ਹੈ ਸ਼ਹਿਰ ਦੀ ਕੁੜੀ ਕਿਤੇ ਪਿੰਡ ਵਿੱਚ ਵਿਆਹੀ ਜਾਂਦੀ ਹੈ ਜੱਟ ਦੀ ਕੋਠੀ ਖੇਤਾਂ 'ਚ ਪਾਈ ਹੋਈ ਹੈ ਅਤੇ ਘਰ ਵਾਲੀ ਸਾਰੀ ਰਾਤ ਨਹੀਂ ਸੌਂਦੀ ਘਰ ਵਾਲਾ ਪੁੱਛਦਾ ਭਗਵਾਨ ਨੇ ਕੀ ਗੱਲ ਹੋ ਗਈ ਸਾਰੀ ਰਾਤ ਦੇ ਗੇੜੇ ਕੱਢਦੀ ਰਹਿੰਦੀ ਹੈ ਕਹਿੰਦੀ ਜੀ ਕੀ ਦੱਸਾਂ ਮੈਨੂੰ ਤਾਂ ਰਾਤ ਨੂੰ ਡਰ ਲੱਗਦਾ ਰਹਿੰਦਾ ਕਹਿੰਦਾ ਜੇ ਡਰ ਲੱਗਦਾ ਰਹਿੰਦਾ ਕਿਸੇ ਸਿਆਣੇ ਤੋਂ ਲੱਗ ਤਵੀਤ ਤੇਰੇ ਗਲ 'ਚ ਪਾ ਦਿੰਦੇ ਹਾਂ ਕਹਿੰਦੀ ਜੀ ਮੈਂ ਤਵੀਤਾਂ ਤਬੂਤਾਂ 'ਤੇ ਵਿਸ਼ਵਾਸ ਨਹੀਂ ਕਰਦੀ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਹਾਂ ਕੋਈ ਅਸਲੀ ਦਾ ਲਾਇਸੈਂਸ ਬਣਾ ਲਓ ਰਿਵਾਲਵਰ ਲਿਆਓ ਦਨਾਲੀ ਲਿਆਓ ਘਰ ਦੇ ਵਿੱਚ ਭੈ ਜੀ ਰਹਿੰਦੀ ਹੈ ਕਹਿੰਦਾ ਭਗਵਾਨ ਨੇ ਜੱਟ ਨਾਲ ਵਿਆਹ ਕਰਾ ਕੇ ਡਰ ਕਾਹਦਾ ਪਹਿਲੀ ਗੱਲ ਜੱਟ ਦਾ ਦੱਬ ਦੂਜੀ ਗੱਲ ਗੰਡਾਸੇ ਨੂੰ ਕਦੇ ਹੱਥ ਨਹੀਂ ਲਾਇਆ ਉਹ ਜਿਹੜਾ ਕੌਲ ਦੇ ਨਾਲ 5 ਫੁੱਟ ਦਾ ਫੋੜਾ ਪਿਆ ਨਾ ਜਦੋਂ ਖੜਕਦਾ ਤਾਂ 5 ਪਿੰਡਾਂ ਸੁਣਦਾ ਉਹ ਫੋੜੇ ਦੀ ਗੱਲ ਕਰਨ ਲੱਗੇ ਆ ਘਰ ਵਾਲੀ ਕੀ ਕਹਿੰਦੀ ਆ ਤੇ ਪੇਂਡੂ ਜੱਟ ਕੀ ਕਹਿੰਦਾ ਹੈ ਸੁਣ ਕੇ ਬਾਈ ਜੀ ਬੇਫਿਕਰ ਹੋ ਸੌਂ ਜਾ ਕਰ ਤੂੰ ਬਾਤ ਰਾਣੇ ਧਰਕੇ ਨੀ ਪਿੰਡਾਂ ਨੂੰ ਸੁਣਦਾ ਹਾਂ 5 ਪਿੰਡਾਂ ਨੂੰ ਸੁਣਦਾ ਜਦ ਪੌੜਾ ਜੱਟਦਾ 5 ਪਿੰਡਾਂ ਨੂੰ ਸੁਣਦਾ ਜੱਟਦਾ ਖੜਕੇ ਨੀ ਮਾਰਦਾ ਭੜਕੇ ਨੀ 5 ਪਿੰਡਾਂ ਨੂੰ ਸੁਣਦਾ
ਪਿੰਡਾਂ ਨੂੰ ਸੁਣਦਾ ਜਦ ਫੌੜਾ ਜਗਦਾ ਉਹ ਪੰਜ ਪਿੰਡਾਂ ਨੂੰ ਸੁਣਦਾ ਜਦ ਫੌੜਾ ਜਗਦਾ ਖੜਕੇ ਨੀ ਆ ਦੇਖ ਲੈ ਉਹ ਸ਼ਹਿਰ ਵਾਲੀਆਂ ਦਾ ਹਾਲ ਬਾਬੇ ਤੋਂ ਮੰਗਣਾ ਵੀ ਨਹੀਂ ਆਉਂਦਾ ਉਹ ਇੱਕ ਨੇ ਵੀ ਕਹੀਦਾ ਹੁੰਦਾ ਪਤਾ ਕਿਵੇਂ ਕਹੀਦਾ ਹੁੰਦਾ ਘਰ ਵਿੱਚ ਆਪਾਂ ਦੋਈ ਵੇ ਨਾ ਕਿਰਪਾ ਬਾਬੇ ਦੀ ਹੋਈ ਗੱਲਾਂ ਹੀ ਆਉਂਦੀਆਂ ਆਤਮਾ ਸਿੰਘ ਤੇ ਗੱਲਾਂ ਦਾ ਹੀ ਆਪਾਂ ਖੱਟਿਆ ਖਾਂਦੇ ਆ ਹੋਰ ਹੈ ਵੀ ਕੀ ਗੱਲ ਦੀਜਾ ਛਣੇ ਵੀ ਜਾਵੇ ਹੈ ਕੀ ਨਹੀਂ ਆ 23 ਕਿੱਲੇ ਕਰਦੀ ਆ 9 ਕਿੱਲੇ ਨਾਨਕਿਆਂ ਦੀ ਆਉਂਦੀ ਆ 3 ਵਿਆਹ ਹੋਏ ਹੋਏ ਨੇ ਚੌਥੇ ਦੀ ਤਿਆਰੀ ਆ ਹੋਰ ਕੀ ਚਾਹੀਦਾ ਨਾ ਤੇਰੇ ਅੱਛੇ ਦਿਨ ਕਾਦਾ ਜਾਣਗੇ ਆਤਮੇ ਹੱਲੇ ਤਾਂ ਸਾਡੇ ਹੀ ਨਹੀਂ ਆਏ 5 ਸਾਲ ਵੀ ਪੂਰੇ ਹੋਣ ਤੇ ਗਏ ਹੁਣ ਗਾਹਾਂ ਦੇਖਦੇ ਆ ਕੀ ਬਣਦਾ ਹੁਣ ਤਾਂ ਚੋਣ ਜਾਬਤਾ ਲੱਗਿਆ ਹੋਇਆ ਜੋ ਕੁਛ ਮਰਜ਼ੀ ਲੱਗਿਆ ਹੋਵੇ ਬਾਕੀ ਜਨਤਾ ਸਿਆਣੀ ਇਹਨਾਂ ਨੇ ਕੀ ਕਰਨਾ ਰਹੀ ਗੱਲ ਤੇਰੀ ਗੱਲਾਂ ਬਹੁਤ ਆਉਂਦੀਆਂ ਆਤਮੇ ਕਹਿੰਦਾ 23 ਕਿੱਲੇ ਘਰ ਦੀ ਤੇ 9 ਕਿੱਲੇ ਪਤਾ ਨਹੀਂ ਕਿਹਦੇ ਕੋਹਦੇ ਤੇ ਅੱਖ ਰੱਖੀ ਆ ਹਨਾ 3 ਵਿਆਹ ਹੋਏ ਹੋਏ ਚੌਥੇ ਦੀ ਤਿਆਰੀ ਹੈ ਕੀ ਤਾਂ ਵੈਸੇ ਆਤਮੇ ਤੂੰ ਨੰਗ ਭੋਖੀ ਆ ਤਾਂ ਇਹਦਾ ਕੋਈ ਟਿਕੀ ਨਹੀਂ ਰਹੀ ਗੱਲ ਤੇਰੀ ਗੱਲਾਂ ਬਹੁਤ ਆਉਂਦੀਆਂ ਅੱਜ ਮੈਂ ਦੇਖਦੀ ਹਾਂ ਆਤਮਾ ਸਿੰਘ ਤੈਨੂੰ ਮੇਰੀਆਂ ਗੱਲਾਂ ਦੇ ਜਵਾਬ ਕਿੰਨੇ ਕਾਉਂਦੇ ਗੱਲ ਡੀਜੀਆ ਨਾ ਹੋਵੇ ਤਾਂ ਤਿਆਰ ਹੋ ਆ ਜਾਓ ਫਿਰ ਆਤਮਾ ਜੀ ਜੀ ਮੈਮ ਮੈਨੂੰ ਕੋਈ 2 ਗੱਲਾਂ ਇਹੋ ਜਿਹੀਆਂ ਦੱਸੋ 2 ਹਾਂ ਲੜਨਾ ਨਹੀਂ ਆਪਾਂ ਬਸ ਗੱਲਾਂ ਹੀ ਦੱਸਣੀਆਂ ਮੈਨੂੰ ਕੋਈ 2 ਗੱਲਾਂ ਇਹੋ ਜਿਹੀਆਂ ਦੱਸੋ ਇੱਕ ਤੇ ਮੈਂ ਖੁਸ਼ ਹੋਵਾਂ ਤੇ ਦੂਜੇ ਤੇ ਮੈਨੂੰ ਗੁੱਸਾ ਆ ਜਾਏ ਆ ਦੇਖੋ ਬਾਈ ਮੂੰਹ ਇਹਦਾ ਕਦੇ ਜ਼ਿੰਦਗੀ 'ਚ ਹੱਸੀ ਹੋਊ ਫਿਰ ਵੀ ਤੇਰਾ ਮਾਣ ਰੱਖਦੇ ਨੇ ਕਿਉਂਕਿ ਤੂੰ ਸਾਡੇ ਇਲਾਕੇ 'ਚ ਆਈ ਹੈ ਅਮਨ ਰੋਜੀਏ ਤੂੰ ਮੇਰੀ ਜ਼ਿੰਦਗੀ ਹੈ ਓਏ ਹੱਸਣ ਨੂੰ ਕਿਹਾ ਬਾਬਾ ਹੱਸਦੀ ਕਿਵੇਂ ਆ ਜਿਵੇਂ ਭੁੱਖੀ ਮੱਝ ਹੁੰਦੀ ਆ ਅਮਨ ਰੋਜੀਏ ਤੂੰ ਮੇਰੀ ਜ਼ਿੰਦਗੀ ਹੈ ਤੇ ਦੂਜੀ ਫਿੱਟੇ ਮੂੰਹ ਇਹੋ ਜਿਹੀ ਜ਼ਿੰਦਗੀ ਦੇ ਮੈਂ ਮੋਰ ਪਹਿਲਾਂ ਪਾਉਂਦਾ ਤਾਂ ਦੇਖਿਆ ਲੇਕਿਨ ਸੱਪ ਪਹਿਲੀ ਵਾਰੀ ਦੇਖਿਆ ਏਦਾਂ ਸੱਪ ਹੁੰਦਾ ਆਦਮੀ ਇੱਕ ਤੁਸੀਂ ਗੇੜਾ ਜਿਹਾ ਕੱਢਦੇ ਹੁੰਦੇ ਹੋ ਗਿੱਧਾ ਜਿਹਾ ਪਾ ਕੇ ਕੱਢੀਓ ਆਏ ਹਾਏ 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 ਸ਼ਰਮ ਤਾਂ ਨਹੀਂ ਆਉਂਦੀ ਸਰਦਾਰ ਬੰਦਾ ਹੋ ਕੇ ਗਿੱਧਾ ਪਾਉਂਦੇ ਨੂੰ ਇਹ ਕੰਮ ਜਨਾਨੀਆਂ ਨੂੰ ਆਉਂਦੇ ਚੰਗੇ ਲੱਗਦੇ ਆ ਤੁਹਾਨੂੰ ਦੇਖ ਕੇ ਮੈਨੂੰ ਇੱਕ ਗੱਲ ਚੇਤੇ ਆ ਗਈ ਆਤਮਾ ਜੀ ਗੌਰ ਜ਼ਰੂਰ ਕਰਿਓ ਮੇਰੀ ਗੱਲ ਤੇ ਸਿਆਣੇ ਕਹਿੰਦੇ ਆ ਵੀ ਔਰਤ ਬੋਲਣ ਲੱਗੀ ਦੇਖਦੀ ਨਹੀਂ ਹੈਗੀ ਬਣਿਆ ਫਿਰ ਇਹ ਜਨਾਨਾ ਜਨਾਨੀਆਂ ਨੂੰ ਜਨਾਨੀਆਂ ਦੇਖਣੀਆਂ ਹੋਰ ਕੀ ਦੇਖਣਾ ਪਰ ਉਸ ਮਹਿਕਮੇ ਨੂੰ ਸਲੂਟ ਕਰਦੇ ਹਾਂ ਜਿਹੜਾ ਸਾਡੀ ਇੱਜ਼ਤ ਰੱਖਦਾ ਜਿਹੜਾ ਔਰਤ ਨੂੰ ਨੌਕਰੀ ਨਹੀਂ ਦਿੰਦਾ ਓਏ ਜਿੱਦਾਂ ਭਾਈ ਤੂੰ ਦਬਕੇ ਮਾਰਦਾ ਸਾਨੂੰ ਚਾਹੀਦੀ ਵੀ ਨਹੀਂ ਚੁੱਲਾ ਚੌਂਕਾ ਠੀਕ ਹੈ ਕਿਹੜੀ ਸਦੀ 'ਚ ਰਹਿੰਦੇ ਹੋ ਆਤਮਾ ਜੀ 21ਵੀਂ ਸਦੀ ਚੱਲ ਰਹੀ ਹੈ 21ਵੀਂ ਸਦੀ ਹਾਂ ਆਉਣ ਵਾਲੀ ਹੱਲੇ ਪਏ ਹੈ ਟਾਈਮ ਇੰਨੇ ਐਕਸਾਈਟਡ ਨਾ ਹੋਵੇ ਤੁਸੀਂ 21ਵੀਂ ਸਦੀ ਚੱਲ ਰਹੀ ਹੈ ਆਤਮਾ ਜੀ ਔਰਤ ਤਾਂ ਚੰਦਰਮਾ 'ਤੇ ਪਹੁੰਚ ਗਈਆਂ ਚੰਦਰਮਾ 'ਤੇ
ठीक है तुसी केड़ा निक्का जिहा महकमा कढ लिया है हां औरतां कहिंदी चंद्रमा ते पहुंच गईआं औरतां चंद्रमा ते तां गईआं क्योंकि चंद्रमा ठंडा हुंदा कदे सूरज को गेड़ा मार के दिखाउण क्यों ना मोमबत्ती बना दे पर उस महकमे नूं सलूट जिहड़ा साडी इज्जत रखदा जिहड़ा औरत नूं नौकरी नहीं दिंदा ਪੰਜਾਬ ਪੁਲਿਸ ਵਿੱਚ ਮੇਰੀਆਂ ਭੈਣਾਂ ਨੌਕਰੀ ਕਰਦੀ ਬੈਂਕਾਂ ਵਿੱਚ ਮੇਰੀਆਂ ਭੈਣਾਂ ਨੌਕਰੀ ਕਰਦੀ ਸਕੂਲਾਂ ਕਾਲਜਾਂ ਵਿੱਚ ਮੇਰੀਆਂ ਭੈਣਾਂ ਨੌਕਰੀ ਕਰਦੀਆਂ ਪਰ ਉਸ ਮਹਿਕਮੇ ਨੂੰ ਸਲੂਟ ਜਿਹਨੇ ਔਰਤ ਨੂੰ ਨੌਕਰੀ ਦਾ ਕੀ ਦੇਣੀ ਆ ਔਰਤ ਨੂੰ ਆਪਣੇ ਦਫ਼ਤਰ ਅੰਦਰ ਪੈਰ ਨਹੀਂ ਪਾਉਣ ਦਿੰਦਾ ਉਹ ਕਿਹੜਾ ਮਹਿਕਮਾ ਫਾਇਰ ਬ੍ਰਿਗੇਡ ਦਾ ਮਹਿਕਮਾ ਅੱਗ ਬੁਝਾਊ ਮਹਿਕਮਾ ਹੁਣ ਤੂੰ ਕਹਿੰਦੀ ਹੋਵੇਗੀ ਵੀ ਫਾਇਰ ਬ੍ਰਿਗੇਡ ਵਾਲੇ ਔਰਤ ਨੂੰ ਨੌਕਰੀ ਕਾਹਤੇ ਨਹੀਂ ਦਿੰਦੇ ਉਹ ਔਰਤ ਨੂੰ ਨੌਕਰੀ ਤਾਂ ਨਹੀਂ ਦਿੰਦੇ ਕਿਉਂਕਿ ਔਰਤ ਅੱਗ ਲਾਉਣ ਜਾਣਦੀ ਆ ਪਰ ਬਾਈ ਬੁਝਾਉਣ ਨਹੀਂ ਜਾਣਦੀ ਏ ਹਮੀ ਮੇਰਾ ਆਜੂ ਸਾਰਾ ਝੜਕੇ ਨੀ ਪੰਜ ਪਿੰਡਾਂ ਨੂੰ ਸੁਣਦਾ ਆ ਪੰਜ ਪਿੰਡਾਂ ਨੂੰ ਸੁਣਦਾ ਜਦ ਭੌੜਾ ਜੱਟਦਾ ਝੜਕੇ ਨੀ ਪੰਜ ਪਿੰਡਾਂ ਨੂੰ ਸੁਣਦਾ ਜਦ ਭੌੜਾ ਜੱਟਦਾ ਖੜਕੇ ਨੀ ਭੌੜਾ ਜੱਟਦਾ ਖੜਕੇ ਭੌੜਾ ਜੱਟਦਾ ਖੜਕੇ ਭੌੜਾ ਜੱਟਦਾ ਖੜਕੇ ਨੀ ਮਚਾਈਏ ਵੇ ਹੁਣ ਤਾਂ ਵਾਯੂ ਤੇ ਗਿਆ ਆ ਕਿਹੜਾ ਕੱਟ ਕੋ ਹੁੰਦਾ ਵੇ ਜਿਦਾ ਕੰਮ ਆ ਸੂਤ ਗਿਆ ਓਏ ਹੋਏ 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 ਕਿਹੜਾ ਚਮਚੇ ਪੀਣ ਸ਼ਰਾਬਾਂ ਤਾੜੀ ਮਾਰਦੇ ਹੋ ਇਸ ਉਮਰ ਦੇ ਵਿੱਚ ਇੰਨੀ ਖੁਸ਼ੀ ਹੋ ਕਿਆ ਬਾਤ ਉਹ ਨਹੀਂ ਉਹ ਰੀਸਾਂ ਓਏ ਹੋਏ ਓਏ ਹੋਏ ਥੈਂਕ ਯੂ ਬੁੱਢੇ ਵਾਲ ਅੱਛਾ ਨਹੀਂ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰਾਣਾ ਭਾਜੀ ਵੱਲ ਬਹੁਤ ਸਨਮਾਨ ਸ਼ੁਕਰੀਆ ਮਿਹਰਬਾਨੀ ਉਹ ਲਾ ਦਿੰਦੇ ਹਾਂ ਮੈਨੂੰ ਪਤਾ ਕਿ ਡਰ ਸੀਗਾ ਵੀ ਹੁਣ ਤੇਰੇ ਬਨੈਣ ਨਹੀਂ ਪਾਈ ਹੋਈ ਮੈਂ ਕਿਹਾ ਬਾਈ ਦੀ ਵੇ ਗਰਮੀ ਹੈਗੀ ਗਰਮੀ ਬਾਹਰ ਨਿਕਲ ਜਾਣੀ ਹੈ ਮੈਂ ਇਸ ਕਰਕੇ ਤੂੰ ਮੇਰਾ ਭਰਾ ਯਾਰ ਗੱਲ ਕਰੀ ਹਾਂ ਕਈ ਸੋਚਦੇ ਹੋਣਗੇ ਬਾਈ ਕਮੀਜ਼ ਤਾਂ ਦੇਖਦਾ ਤੈਨੂੰ ਬਨੈਣ ਕਿਵੇਂ ਦਿਖੀ ਆ ਮੈਂ ਤਾਂ ਐਕਸਰੇ ਕਰਨ ਜਾਣਦਾ ਸੋ ਲਓ ਉਹ ਗੀਤ ਜਿਹੜੇ ਸਾਡੇ ਚਮਚੜ ਬਾਅਦ ਚ ਲਾ ਬਾਅਦ ਚ ਲਾ ਉਹ ਤਾਂ ਹੁਣ ਲਾਇਆ ਨਾ ਹੁਣ ਮਾੜਾ ਜਿਹਾ ਹਜੇ ਠੰਡੇ ਹੋਣਗੇ ਅੱਜ ਕੱਲ ਮਿੱਤਰੋ ਕਲ ਯੁੱਗ ਪੂਰਾ ਚੜ ਗਿਆ ਜੋਰਾਂ ਤੇ ਕੱਲ ਮਿੱਤਰੋ ਕਲ ਯੁੱਗ ਪੂਰਾ ਚੜ ਗਿਆ ਜੋਰਾਂ ਤੇ ਉਹ ਛੱਕ ਨਹੀਂ ਕੋਈ ਕਰਦਾ ਇੱਥੇ ਠੱਗਾ ਜੋਰਾਂ ਤੇ ਉਹ ਦਸਾਂ ਨੋਹਾਂ ਦੀ ਕਰਨ ਵਾਲੇ ਤਾਂ ਭੁੱਖੇ ਮਰਦੇ ਨੇ ਬਿਗੜੀ ਨਾਰ ਤੇ ਫੁਕਰੇ ਯਾਰ ਤਾਂ ਹੀ ਤਾਂ ਐਸ਼ਾ ਕਰਦੇ ਉਹ ਬਿਗੜੀ ਨਾਰ ਤੇ ਫੁਕਰੇ ਯਾਰ ਤਾਂ ਹੀ ਤਾਂ ਐਸ਼ਾ ਕਰਦੇ ਨੇ ਕਿਹਨੂੰ ਸਮਝਾਈਏ ਵੇ ਹੁਣ ਤਾਂ ਵਾਯੂ ਉੱਡ ਗਿਆ ਕਿਹੜਾ ਘੱਟ ਕਹਾਉਂਦਾ ਵੇ ਜਿਹਦਾ ਕੰਮ ਆ ਸੂਤ ਗਿਆ
ਗੁੱਡੀਆਂ ਨਵੇਂ ਪਟੋਲ ਕਦਰ ਨਾ ਰਹਿ ਗਈ ਗੱਡੀਆਂ ਦੇ ਯੁਗ ਪੂਰਾ ਚੜ ਗਿਆ ਜੋਰਾਂ ਦੇ ਉਹ ਛੱਕ ਨਹੀਂ ਕੋਈ ਕਰਦਾ ਇੱਥੇ ਠੱਗਾਂ ਚੋਰਾਂ ਦੇ ਉਹ ਦਸਾਂ ਨੌਹਾਂ ਦੀ ਕਰਨ ਵਾਲੇ ਨਾ ਭੁੱਖੇ ਮਰਦੇ ਬਿਗੜੀ ਬਿਗੜੀ ਨਾਰ ਤੇ ਫੁਕਰੇ ਯਾਰ ਤਾਂ ਹੀ ਤਾਂ ਅੱਛਾ ਬਿਗੜੀ ਨਾਰ ਤੇ ਫੁਕਰੇ ਯਾਰ ਤਾਂ ਹੀ ਤਾਂ ਅੱਛਾ ਕਰਦੇ ਨੇ ਸਾਡਾ ਛੋਟਾ ਵੀਰ ਰਾਣਾ ਯੂ ਐਸ ਏ ਤੋਂ ਔਰ ਵੀਰ ਹੋਰ ਵੀਰ ਨੇ ਬਹੁਤ ਸਾਰਾ ਮਾਣ ਕੀਤਾ ਇੱਕ ਬਈ ਜਸ ਗਰੁੱਪ ਖੰਨੇ ਦੇ ਨਾਂ ਉਹਦੇ ਵੀ ਤਾੜੀ ਮਾਰ ਦਿਓ ਕਿਉਂਕਿ ਬਹੁਤ ਵਧੀਆ ਸਕਿਉਰਟੀ ਦੇ ਨਾਂ ਸਾਡੇ ਵੀਰਾਂ ਦਾ ਬਹੁਤ ਮਿਹਰਬਾਨੀ ਸ਼ੁਕਰੀਆ ਸਿਆਲ ਮਹੀਨੇ ਵੇੜੇ ਦੇ ਵਿੱਚ ਧੁੱਪਾਂ ਸੇਕਣ ਦਾ ਕਹਿੰਦੇ ਮਾਪਿਆਂ ਕੋਲ ਟਾਈਮ ਨਹੀਂ ਬੱਚਿਆਂ ਕੋਲ ਬੈਠਣ ਦਾ ਨਾ ਸਿਆਲ ਮਹੀਨੇ ਵੇੜੇ ਦੇ ਵਿੱਚ ਧੁੱਪਾਂ ਸੇਕਣ ਦਾ ਜੇ ਮਾਪਿਆਂ ਕੋਲ ਟਾਈਮ ਨਹੀਂ ਹੈਗਾ ਤੇ ਟਾਈਮ ਬੱਚਿਆਂ ਦੇ ਕੋਲ ਵੀ ਨਹੀਂ ਹੈਗਾ ਕਿਉਂਕਿ ਲਾਈਫ ਅੱਜ ਕੱਲ੍ਹ ਬੜੀ ਬਿਜ਼ੀ ਹੋ ਗਈ ਹੋਈ ਹੈ ਵੈਸੇ ਤਾਂ ਸਾਡੇ ਪੰਜਾਬ 'ਚ ਬੇਰੁਜ਼ਗਾਰੀ ਬਹੁਤ ਹੈ ਮੁੰਡੇ ਕੁੜੀਆਂ ਪੜ੍ਹ ਲਿਖ ਕੇ ਵਿਹਲੇ ਨੇ ਨੌਕਰੀਆਂ ਤਾਂ ਕਿੱਥੇ ਨੇ ਕਰਮਾਂ ਦੀਆਂ ਰਹਿ ਗਈਆਂ ਨੌਕਰੀਆਂ ਪਰ ਫਿਰ ਵੀ ਬਿਜ਼ੀ ਨੇ ਕਿੱਦਾਂ ਬਿਜ਼ੀ ਨੇ ਸੋਸ਼ਲ ਮੀਡੀਆ ਫੇਸਬੁੱਕ ਇੰਸਟਾ ਟਵਿੱਟਰ ਯੂਟਿਊਬ ਪਤਾ ਨਹੀਂ ਚੱਲ ਗਿਆ ਹੋਇਆ ਇੱਕ ਆ ਟਿਕਟੋਕ ਬੜੀ ਚੱਲੀ ਹੋਈ ਹੈ ਅੱਜ ਜੇ ਬੰਦਾ ਵੇਖਣ ਨੂੰ ਬੈਠ ਜਾਵੇ ਤਾਂ ਦੋ ਤਿੰਨ ਘੰਟੇ ਕਿਤੇ ਨਹੀਂ ਗਏ ਹੱਸ ਹੱਸ ਕੇ ਢਿੱਡ 'ਚ ਪੀੜ ਹੋਣ ਲੱਗ ਜਾਂਦੀ ਹੈ ਸਰ ਸੋਸ਼ਲ ਮੀਡੀਆ ਨੇ ਸਾਰਿਆਂ ਨੂੰ ਬਿਜ਼ੀ ਕਰਕੇ ਰੱਖਤਾ ਹੋਇਆ ਜੇ 10 ਜੀਅ ਵੀ ਘਰ ਦੇ ਇਕੱਠੇ ਬੈਠੇ ਹੋਣ ਤਾਂ ਕੋਈ ਨਹੀਂ ਆਪਸ 'ਚ ਗੱਲਬਾਤ ਕਰਦਾ ਆਪਣੇ ਆਪਣੇ ਫੋਨ 'ਤੇ ਲੱਗੇ ਹੁੰਦੇ ਏਦਾਂ ਦੀ ਲਾਈਫ ਬਿਜ਼ੀ ਹੋ ਗਈ ਹੋਈ ਹੈ ਸੋ ਸੁਣਨ ਵਾਲੀਆਂ ਗੱਲਾਂ ਗੌਰ ਕਰਿਓ ਰਿਓ ਜੀ ਕਹਿੰਦਾ ਪਰ ਬਹੁਤੀਆਂ ਅਕਲਾਂ ਵਾਲਿਆਂ ਦਾ ਖੂਹ ਖਾਲੀ ਹੀ ਰਹਿੰਦਾ ਸਭ ਲੱਭਣ ਕਿਤਾਬਾਂ ਵਿੱਚੋਂ ਸਭ ਲੱਭਣ ਕਿਤਾਬਾਂ ਵਿੱਚੋਂ ਤੇ ਪਿਆਰ ਨਿਸ਼ਾਨੀ ਕੀ ਹੁੰਦੀ ਪੋਤਾ ਦਾਦੇ ਪੋਤਾ ਦਾਦਾ ਜੀ ਨੂੰ ਪੁੱਛਦਾ ਫਿਰੇ ਜਵਾਨੀ ਕੀ ਹੁੰਦੀ ਪੋਤਾ ਦਾਦਾ ਜੀ ਨੂੰ ਪੁੱਛਦਾ ਫਿਰੇ ਜਵਾਨੀ ਕੀ ਹੁੰਦੀ ਸਾਡੇ ਕੁਲਵਿੰਦਰ ਸਿੰਘ ਜੀ ਗਰੇਵਾਲ ਸਾਹਿਬ ਇਟਲੀ ਤੋਂ ਉਹਨਾਂ ਵੱਲੋਂ 500 ਰੁਪਏ ਸਪੈਸ਼ਲ ਮਾਣ ਸਾਡੇ ਬੁੱਢੇਵਾਲ ਤੋਂ ਮੇਰਾ ਭਤੀਜ ਨਰਿੰਦਰ ਭਾਅ ਜੀ ਔਰ ਭੋਲਾ ਭਾਅ ਜੀ ਟੀਮਾਂ ਨੂੰ ਹੱਥ ਬੰਨ ਕੇ ਬੇਨਤੀ ਆ ਬਈ ਐਂਟਰੀਆਂ ਜਲਦੀ ਤੋਂ ਜਲਦੀ ਕਰਾ ਦਿਓ ਕਿਉਂਕਿ ਟਾਈਆਂ ਪਾਉਣੀਆਂ ਨੇ ਅਤੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਔਰ ਜਿਹੜੇ ਮੇਰੇ ਵੀਰਾਂ ਨੇ ਲੰਗਰ ਨਹੀਂ ਛਕਿਆ ਲੰਗਰ ਦੀ ਪਰੰਪਰਾ ਚੱਲਦੀ ਹੈ ਲੰਗਰ ਵੀ ਛਕ ਸਕਦੇ ਆ ਸੋ ਫਿਰ ਸਾਰਿਆਂ ਨੂੰ ਮੁਬਾਰਕਾਂ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਅਮੀਰ ਵਿਰਸਾ ਲੇਕਿਨ ਹੁਣ ਜਿੱਦਾਂ ਇਹ ਅਲੋਪ ਹੁੰਦਾ ਜਾ ਰਿਹਾ ਉਹਦੇ ਕਸੂਰਵਾਰ ਵੀ ਅਸੀਂ ਹਾਂ ਕੋਈ ਹੋਰ ਨਹੀਂ ਕਿਉਂਕਿ ਅਸੀਂ ਪੱਛਮੀ ਸੱਭਿਆਚਾਰ ਪੱਛਮੀ ਸੱਭਿਅਤਾ ਨੂੰ ਜ਼ਿਆਦਾ ਅਪਣਾਉਣ ਲੱਗ ਗਿਆ ਸੋ ਇੱਕ ਪੰਜਾਬੀ ਸੱਭਿਆਚਾਰ ਤੇ ਮੈਂ ਸ਼ੇਅਰ ਕਹਾਂਗੀ ਗੌਰ ਕਰਨਾ ਜੀ
ਕਰੇ ਫੁਲਕਾਰੀ ਨਾ ਤੇ ਹੋ ਗਈ ਕੁੰਡ ਦੀ ਖਤਮ ਕਹਾਣੀ ਪੰਜਾਬੀ ਸੱਭਿਆਚਾਰ ਦੀ ਚਾਦਰ ਸੱਭਿਆਚਾਰ ਦਿੰਦੇ ਨੀਆਂ ਕੋਈ ਤੂੰ ਹੀ ਬੂਟੀ ਪਾਲੇ ਅੱਜ ਰੁੜਿਆ ਜਾਂਦਾ ਨੀ ਚਿੰਤੜਿਆ ਸੱਭਿਆਚਾਰ ਬਚਾ ਲੈ ਉਹ ਸਾਡੀ ਯਾਦ ਸੱਚ ਕੌੜਾ ਹੁੰਦਾ ਏ ਜਿਦ ਜੀ ਹਜ਼ੂਰੀ ਕਰੀਏ ਵੇ ਯੋ ਯੋ ਚੌੜਾ ਹੁੰਦਾ ਏ ਕਹਿੰਦਾ ਛੱਡ ਆਦਮੇ ਮੂੰਹ ਨਾ ਖੋਲੀ ਸੱਚ ਕੌੜਾ ਹੁੰਦਾ ਏ ਜਿਹਦੀ ਜੀ ਹਜ਼ੂਰੀ ਕਰੀਏ ਉਹ ਯੋ ਚੌੜਾ ਹੁੰਦਾ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਕਿ ਸੱਚ ਸੁਣਨਾ ਔਖਾ ਪਰ ਨਹੀਂ ਜਿੱਥੇ ਸੱਚ ਸੁਣਨਾ ਔਖਾ ਸੱਚ ਬੋਲਣਾ ਉਦੋਂ ਵੱਧ ਔਖਾ ਅੱਜ ਦੇ ਟਾਈਮ 'ਚ ਕਹਿੰਦੇ ਤੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਦਾ ਕਿਉਂਕਿ ਇੱਦਾਂ ਦੇ ਹਾਲਾਤ ਹੋ ਗਏ ਹੋਏ ਜੇ ਕੋਈ ਬੋਲ ਵੀ ਪਵੇ ਤਾਂ ਅੱਗੋਂ ਗਾਲਾਂ ਹੀ ਪੈਂਦੀਆਂ ਪਰ ਇਸ ਦੇ ਨਾਲ ਹੀ ਸਾਡੀ ਪੰਜਾਬੀ ਮਾਂ ਬੋਲੀ ਕਿਉਂਕਿ ਅਸੀਂ ਪੰਜਾਬੀ ਹਾਂ ਪੰਜਾਬੀ ਸਾਡੀ ਪਹਿਚਾਣ ਹੈ ਭਾਸ਼ਾ ਕੋਈ ਵੀ ਮਾੜੀ ਨਹੀਂ ਲੇਕਿਨ ਇੰਗਲਿਸ਼ ਬੋਲ ਕੇ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਵੀ ਨਹੀਂ ਬਣ ਜਾਂਦਾ ਹਰ ਕਿਸੇ ਦੀ ਪਹਿਚਾਣ ਆਪਣੀ ਭਾਸ਼ਾ ਦੇ ਨਾਲ ਹੈ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਸਤਿਕਾਰ ਦਿਓ ਲਿਖਿਆ ਕਹਿੰਦਾ ਰੋਟੀ ਕੋਈ ਨਹੀਂ ਰੱਜ ਕੇ ਖਾਂਦਾ ਇਹਦਾ ਮਤਲਬ ਇਹ ਨਹੀਂ ਵੀ ਲੋਕਾਂ ਕੋਲ ਪੈਸਾ ਹੋਵੇ ਸੰਤ ਮਹਾਤਮਾ ਜੀ ਪਹੁੰਚੇ ਨੇ ਜੀ ਉਹਨਾਂ ਦੀ ਨਿੱਘੀ ਆਮਦ ਤੇ ਜ਼ੋਰਦਾਰ ਤਾੜੀ ਮਾਰਦੇ ਹੰਸਾਲੀ ਵਾਲੇ ਮਹਾਂਪੁਰਸ਼ ਪਹੁੰਚੇ ਨੇ ਪੰਜ ਮਿੰਟ ਰੁਕਣਾ ਖੜੇ ਹੋ ਕੇ ਤਾੜੀ ਮਾਰੋ ਮਹਾਂਪੁਰਸ਼ਾਂ ਦੇ ਨਾਂ ਤੇ ਖੜੇ ਹੋ ਕੇ ਤਾੜੀ ਮਾਰੋ ਬਹੁਤ ਮਿਹਰਬਾਨੀ ਸ਼ੁਕਰੀਆ ਇਹ ਰੂਹਾਂ ਜਿਹੜੀਆਂ ਸਾਡੇ ਪਾਪਾਂ ਦਾ ਉਹ ਨਹੀਂ ਰੀਸ ਕੇਵਲ ਸਿੰਘ ਕੇਵਲ ਸਿੰਘ ਭਾਗਾਂ ਵਾਲੇ ਨਗਰ ਨੇ ਵੀ ਜਿਹੜੇ ਮਹਾਂਪੁਰਸ਼ਾਂ ਦੇ ਚਰਨੀ ਲੱਗੇ ਹੋਏ ਬਾਬਾ ਪਰਮਜੀਤ ਸਿੰਘ ਜੀ ਮਹਾਂਪੁਰਸ਼ ਹੰਸਾਲੀ ਵਾਲੇ ਉਹਨਾਂ ਦਿਨਾਂ 'ਤੇ ਫਿਰ ਜ਼ੋਰਦਾਰ ਤਾੜੀ ਬਹੁਤ ਧੰਨਵਾਦ ਸਾਨੂੰ ਵੀ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਹੋਵੇ ਸਾਰੀ ਸੰਗਤ ਭਾਗਾਂ ਵਾਲੀ ਹੈ ਨਗਰ ਇਲਾਕਾ ਭਾਗਾਂ ਵਾਲਾ
हेलो मेरी हाथ बन के बेनती है भी महापुरुष पुजे ने अपने दरम्यान धनौरी वी दी टीम